ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਪੰਜਾਬ ਦੇ ਆਉਣ ਵਾਲੇ ਸਾਰੇ ਐਗਜ਼ਾਮਸ ਵਾਸਤੇ ਆਪਾਂ ਨੇ ਪੰਜਾਬ ਜੀਕੇ ਸ਼ੁਰੂ ਕਰੀ ਹੋਈ ਹੈ ਤੇ ਅੱਜ ਹੈਗਾ ਇਹ ਪੰਜਾਬ ਜੀਕੇ ਦਾ 20ਵਾਂ ਲੈਕਚਰ ਠੀਕ ਹੈ 20ਵੀਂ ਕਲਾਸ ਆਪਾਂ ਪੰਜਾਬ ਜੀਕੇ ਦੀ ਅੱਜ ਕਰਾਂਗੇ ਤੇ ਅੱਜ ਦਾ ਟੌਪਿਕ ਆਪਣਾ ਕੀ ਹੈ ਜੀ ਅੱਜ ਦਾ ਟੌਪਿਕ ਆਪਣਾ ਹੈ ਦਲ ਖਾਲਸਾ ਸਿੱਖ ਮਿਸਲਾਂ ਤੇ ਅਬਦਾਲੀ ਦੇ ਹਮਲੇ ਇਹ ਤਿੰਨੇ ਟੌਪਿਕ ਅੱਜ ਆਪਾਂ ਨੇ ਕਵਰ ਕਰਨੇ ਆ ਅੱਜ ਦੀ ਕਲਾਸ ਤੇ ਵੀ ਠੀਕ ਹੈ ਪੱਕੀ ਜਿਹੜੇ ਵੀ ਸਟੂਡੈਂਟ ਨਵੇਂ ਹੈਗੇ ਆ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਆ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰਿਆ ਉਹਨਾਂ ਨੇ ਹਨਾ ਤਾਂ ਸਭ ਤੋਂ ਪਹਿਲੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਠੀਕ ਹੈ ਤੇ 19 ਕਲਾਸਾਂ ਹੁਣ ਤੋਂ ਪਹਿਲਾਂ ਹੋ ਚੁੱਕੀਆਂ ਨੇ ਪੰਜਾਬ ਜੀਕੇ ਦੀ ਜਿਹਦੇ ਚ ਆਪਾਂ ਇਹ ਸਾਰੇ ਕੁਝ ਟੌਪਿਕ ਆ ਜਿਹੜੇ ਡਿਸਕਸ ਕਰ ਚੁੱਕੇ ਆ ਬੇਸਿਕ ਇਨਫੋਰਮੇਸ਼ਨ ਪੰਜਾਬ ਦੀ ਜੀਓਗ੍ਰਾਫੀ ਸਾਰੀ ਡਿਸਕਸ ਕਰ ਚੁੱਕੇ ਆ ਠੀਕ ਹੈ ਹਿਸਟਰੀ ਦੇ ਵਿੱਚ ਵੀ ਆਪਾਂ ਕਈ ਕਲਾਸਾਂ ਕਰ ਚੁੱਕੇ ਆ ਐਂਸ਼ੈਂਟ ਕਰ ਚੁੱਕੇ ਆ ਮੀਡੀਵਲ ਕਰ ਚੁੱਕੇ ਆ ਸਿੱਖ ਹਿਸਟਰੀ ਦੇ ਵਿੱਚ ਵੀ ਆਪਾਂ ਗੁਰੂ ਸਾਹਿਬ ਸਾਰੇ ਪੜ ਚੁੱਕ ਠੀਕ ਹੈ ਤਾਂ ਉਹ ਸਾਰੀ ਕਲਾਸਾਂ 19 ਦੀ 19 ਕਲਾਸਾਂ ਤੁਹਾਨੂੰ ਇੱਕ ਅਲੱਗ ਤੋਂ ਪਲੇਲਿਸਟ ਹੈਗੀ ਆ ਪੰਜਾਬ ਜੀਕੇ ਦੇ ਨਾਂ ਤੋਂ ਕਮੈਂਟ ਬਾਕਸ ਵਿੱਚ ਮਿਲ ਜੂਗੀ ਠੀਕ ਹੈ ਤਾਂ ਉੱਥੇ ਜਾ ਕੇ ਉਹ ਪਹਿਲਾਂ ਵਾਲੀ 19 ਕਲਾਸਾਂ ਜ਼ਰੂਰ ਲਗਾਣ ਠੀਕ ਹੈ ਤੇ ਬਾਕੀ ਇਹ ਸਾਰਾ ਹਲੇ ਪੈਂਡਿੰਗ ਹੈ ਜੇ ਆਪਾਂ ਕਰਾਂਗੇ ਠੀਕ ਹੈ ਓਕੇ ਬਾਕੀ ਆਪਣੇ ਫੀਡਬੈਕ ਤੁਸੀਂ ਇੱਥੇ ਦੇ ਸਕਦੇ ਹੋ ਜੀ ਇਹ ਇੰਸਟਾਗ੍ਰam ਅਕਾਊਂਟ ਹੈ ਇੱਥੇ ਜੁੜ ਸਕਦੇ ਹੋ ਮੇਰੇ ਨਾਲ ਬਾਕੀ ਟੈਲੀਗ੍ਰam ਚੈਨਲ ਹੈਗਾ ਜੀ ਅੰਕਿਤ ਸਿੰਘ ਰਾਣਾ ਅਫੀਸ਼ੀਅਲ ਦੇ ਨਾਂ ਤੋਂ ਇੱਥੇ ਜੁੜ ਸਕਦੇ ਹੋ ਮੇਰੇ ਨਾਲ ਠੀਕ ਹੈ ਇੱਥੇ ਮੇਰੇ ਨਾਲ ਕਨੈਕਟ ਹੋ ਸਕਦੇ ਹੋ ਬਾਕੀ ਵੀਡੀਓਜ਼ ਦੇ ਲਿੰਕ ਵਗੈਰਾ ਜਾਂ ਜੋ ਵੀ ਫ੍ਰੀ ਪੀਡੀਐਫ ਵਗੈਰਾ ਆਪਾਂ ਸ਼ੇਅਰ ਕਰਦੇ ਆ ਸਟੂਡੈਂਟਸ ਨਾਲ ਇਹ ਪ੍ਰਤਾਪ ਅਕੈਡਮੀ ਟੈਲੀਗ੍ਰਾਮ ਚੈਨਲ ਹੈ ਜੀ ਇਹਨੂੰ ਜਰੂਰ ਜੁਆਇਨ ਕਰ ਲਓ ਇਹ ਦੋ ਨੰਬਰ ਅਕੈਡਮੀ ਦੇ ਹੈਗੇ ਆ ਕਿਸੇ ਤੇ ਵੀ ਕਨੈਕਟ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਬਾਕੀ ਫ੍ਰੀ ਟੈਸਟ ਤੇ ਪੇਡ ਬੈਚਸ ਲਈ ਠੀਕ ਹੈ ਫ੍ਰੀ ਟੈਸਟ ਠੀਕ ਹੈ ਕਈ ਆਪਾਂ ਫਰੀ ਟੈਸਟ ਕੰਡਕਟ ਕਰਦੇ ਆਂ ਪੰਜਾਬ ਪੁਲਿਸ ਵਾਸਤੇ ਤਾਂ ਉਹਦੇ ਵਾਸਤੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਉੱਥੇ ਇੱਕ ਫਰੀ ਟੈਸਟ ਦਾ ਫੋਲਡਰ ਹੈ ਉੱਥੇ ਜਾ ਕੇ ਤੁਸੀਂ ਟੈਸਟ ਅਟੈਂਪਟ ਕਰ ਸਕਦੇ ਆਂ ਆਈਫੋਨ ਯੂਜ਼ ਕਰਦੇ ਹੋ ਤਾਂ ਮਾਈ ਇੰਸਟੀਚਿਊਟ ਨਾਂ ਤੋਂ ਐਪ ਹੈਗੀ ਆ ਉਹਨੂੰ ਡਾਊਨਲੋਡ ਕਰ ਲਓ ਤਾਂ ਇਹ ਕੁਝ ਬੇਸਿਕ ਜੀ ਗੱਲਾਂ ਬਈ ਠੀਕ ਹੈ ਤੇ ਜੋ ਵੀ ਸਟੂਡੈਂਟ ਮੈਥ ਪੜ੍ਹਨਾ ਚਾਹੁੰਦੇ ਆ ਉਹਨਾਂ ਵਾਸਤੇ ਮੈਥ ਦਾ ਇੱਕ ਅਲੱਗ ਤੋਂ ਬੈਚ ਹੈ ਬਿਲਕੁਲ ਬੇਸਿਕ ਲੈਵਲ ਤੋਂ ਠੀਕ ਹੈ ਬਸ ਤੁਹਾਨੂੰ ਜੋੜ ਘਟਾਉਣਾ ਚਾਹੀਦਾ ਉਸ ਤੋਂ ਉੱਪਰ ਆਪੇ ਆਪਾਂ ਦੇਖ ਲਾਂਗੇ ਠੀਕ ਹੈ ਨਾ ਤਾਂ ਮੈਥ ম্যাজিক ਦੇ ਨਾਂ ਤੋਂ ਬੈਚ ਹੈ ਤੇ ਇਹਦੀ ਬਹੁਤ ਸਾਰੀ ਵੀਡੀਓਜ਼ YouTube ਦੇ ਉੱਤੇ ਪਈਆਂ ਹੈ ਫ੍ਰੀ ਆਫ ਕੋਸਟ ਤਾਂ ਪਹਿਲਾਂ ਤੁਸੀਂ YouTube ਤੇ ਦੇਖ ਲਓ ਠੀਕ ਹੈ ਜੀ YouTube ਤੇ ਦੇਖਣ ਤੋਂ ਬਾਅਦ ਬਾਕੀ ਡੇਲੀ ਕਲਾਸ ਵੀ ਹੁੰਦੀ ਹੈ ਠੀਕ ਹੈ ਤਾਂ ਟਾਈਮ ਤੁਹਾਨੂੰ ਪਤਾ ਹੀ ਹੈ ਡੇਲੀ ਕਲਾਸ ਦਾ ਟਾਈਮ ਹੈ 7 ਵਜੇ ਸ਼ਾਮ ਨੂੰ ਓਕੇ ਤਾਂ ਉੱਥੇ ਆ ਕੇ ਤੁਸੀਂ ਮੈਥ ਪੜ੍ਹ ਸਕਦੇ ਹੋ ਮੇਰੀ ਗਾਰੰਟੀ ਹੈ ਇਹਨਾਂ ਤੋਂ ਵਧੀਆ ਮੈਥ ਪੰਜਾਬ ਦੇ ਵਿੱਚ ਕੋਈ ਨਹੀਂ ਕਰਾ ਰਿਹਾ ਠੀਕ ਹੈ ਪੰਜਾਬੀ ਦੇ ਵਿੱਚ ਹੈ ਓਕੇ ਤਾਂ ਪੱਕੀ ਜੇ ਪੇਂਡ ਵੈਚ ਲੈਣਾ ਮੈਥ ਮੈਜਿਕ ਦਾ ਉਹ ਵੀ ਤੁਹਾਨੂੰ ਮਿਲ ਜੇਗਾ ASR 쿠ਪਨ ਯੂਜ਼ ਕਰ ਲਿਓ ASR30 30% ਆਫ ਤੁਹਾਨੂੰ ਮਿਲ ਜੇਗਾ ਇਹਦੇ ਤੇ ਠੀਕ ਹੈ ਜੀ ਓਕੇ ਚਲੋ ਫਿਰ ਅੱਜ ਦਾ ਅੱਜ ਦਾ ਟੋਪਿਕ ਆਪਣਾ ਸ਼ੁਰੂ ਕਰਦੇ ਆ ਅੱਜ ਦਾ ਟੋਪਿਕ ਕੀ ਹੈ ਅੱਜ ਦਾ ਟੋਪਿਕ ਹੈ ਦੇਖੋ ਪੰਜਾਬ ਜੀਕੇ ਦੇ ਵਿੱਚ ਆਪਾਂ ਪੰਜਾਬ ਦੀ ਹਿਸਟਰੀ ਹਿਸਟਰੀ ਦੇ ਵਿੱਚ ਆਪਾਂ ਸਿੱਖ ਹਿਸਟਰੀ ਤੇ ਅੱਜ ਦਾ ਟੋਪਿਕ ਆਪਣਾ ਹੈ ਗੱਲ ਖਾਲਸਾ ਅਬਦਾਲੀ ਦੇ ਹਮਲੇ ਤੇ ਸਿੱਖ ਮਿਸਲਾਂ ਇਹਨਾਂ ਬਾਰੇ ਪੜਾਂਗੇ ਤੇ ਲਾਸਟ ਕਲਾਸ ਦੇ ਵਿੱਚ ਕੀ ਕੀ ਪੜਿਆ ਉਹ ਤੁਹਾਨੂੰ ਯਾਦ ਹੈ ਕਿਉਂਕਿ ਉਸੇ ਕਲਾਸ ਦਾ ਲਿੰਕ ਅਸ ਦੀ ਕਲਾਸ ਦੇ ਨਾਲ ਬੈਠੇਗਾ ਠੀਕ ਹੈ ਨਾ ਤਾਂ ਮੈਂ ਤੁਹਾਨੂੰ ਥੋੜੇ ਜਿਹਾ ਪੁਆਇੰਟ ਮੈਂ ਯਾਦ ਕਰਾਦਾ ਇਹ ਚਾਰ ਪੁਆਇੰਟ ਲਾਸਟ ਵਾਲੀ ਕਲਾਸ ਤੇ ਵੀ ਆਪਾਂ ਨੇ ਡਿਸਕਸ ਕਰ ਲਈ ਸੀਗੇ ਠੀਕ ਹੈ ਜੀ 1747 ਦੇ ਵਿੱਚ ਯਾਹੀਆ ਖਾਨ ਜਿਹੜਾ ਸੀਗਾ ਵੀ ਜੱਕੀਰ ਖਾਨ ਜਿਹੜਾ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਸੀ ਸਿੱਖਾਂ ਦੇ ਉੱਤੇ ਠੀਕ ਹੈ ਯਾਹੀਆ ਖਾਨ ਨੂੰ ਉਹਦਾ ਹੀ ਛੋਟਾ ਭਰਾ ਹੁੰਦਾ ਸਹਿਨਵਾਜ਼ ਖਾਨ ਉਨੇ ਚੱਕ ਕੇ ਜੇਲ੍ਹ ਚ ਪਾਤਾ ਤੇ ਆਪ ਕਬਜ਼ਾ ਕਰ ਲਿਆ ਉਹਨੇ ਪੰਜਾਬ ਵਾਲੇ ਏਰੀਆ ਦੇ ਉੱਤੇ ਠੀਕ ਹੈ ਸਹਿਨਵਾਜ਼ ਖਾਨ ਨੇ ਨਾਲ ਹੀ ਇਹਨੇ ਅਬਦਾਲੀ ਨੂੰ ਵੀ ਇਨਵੀਟੇਸ਼ਨ ਭੇਜਤਾ ਕਿ ਤੂੰ ਵੀ ਆ ਜਾ ਪੰਜਾਬ ਦੇ ਉੱਤੇ ਅਟੈਕ ਕਰ ਪੰਜਾਬ ਉੱਤੇ ਅਫਗਾਨਿਸਤਾਨ ਦਾ ਰਾਜਾ ਅਫਗਾਨਿਸਤਾਨ ਦਾ ਸ਼ਾਸਕ ਅਹਿਮਦ ਸਾਹ ਅਬਦਾਲੀ ਇਹਦੇ ਵੀ ਹਮਲੇ ਸ਼ੁਰੂ ਹੋ ਜਾਂਦੇ ਕਿਉਂਕਿ ਸਹਿਨਵਾਜ਼ ਖਾਨ ਨੇ ਹੀ ਇਹਨੂੰ ਇਨਵਾਈਟ ਕਰਿਆ ਯਾਨੀ ਪੰਜਾਬ ਦੇ ਵਿੱਚ ਕੀ ਸੀ ਪੰਜਾਬ ਪਹਿਲਾਂ ਮੁਗਲਾਂ ਕੋਲ ਸੀ ਮੁਗਲਾਂ ਨੇ ਯਹੀਆ ਖਾਨ ਨੂੰ ਨਿਯੁਕਤ ਕਰਿਆ ਹੋਇਆ ਸੀਗਾ ਪੰਜਾਬ ਦਾ ਸੂਬੇਦਾਰ ਠੀਕ ਹੈ ਪਰ ਯਹੀਆ ਖਾਨ ਦਾ ਜਿਹੜਾ ਭਰਾ ਹੁੰਦਾ ਸਹਿਨਵਾਜ਼ ਖਾਨ ਉਹ ਸੋਚਦਾ ਕਿ ਪੰਜਾਬੂ ਦੇ ਕੋਲ ਆ ਜੇ ਤਾਂ ਉਹਨੇ ਅਬਦਾਲੀ ਨੂੰ ਇਨਵੀਟੇਸ਼ਨ ਭੇਜਦਾ ਤੇ ਆਪ ਉਹਨੇ ਚੱਕ ਕੇ ਯਹੀਆ ਖਾਨ ਨੂੰ ਵੀ ਜੇਲ੍ਹ ਚ ਪਾਤਾ ਠੀਕ ਹੈ ਇੱਧਰ ਅਬਦਾਲੀ ਦੇ ਹਮਲੇ ਵੀ ਸ਼ੁਰੂ ਹੋ ਗਏ ਮੁਗਲ ਜਿਹੜੇ ਹੁੰਦੇ ਆ ਵੀ ਦੇਖੋ ਮੁਗਲਾਂ ਦਾ ਬੰਦਾ ਸੀਗਾ ਯਹੀਆ ਖਾਨ ਉਹ ਤਾਂ ਚਲਾ ਗਿਆ ਠੀਕ ਹੈ ਉਹ ਤਾਂ ਜੇਲ੍ਹ ਚ ਪਾਤਾ ਇਹਨੇ ਉਹਦੇ ਭਰਾ ਸਹਿਨਵਾਜ਼ ਖਾਨ ਨੇ ਉਧਰੋਂ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ ਤਾਂ ਮੁਗਲ ਕੀ ਕਰਦੇ ਆ ਮੁਗਲ ਆਪਣੇ ਵੱਲੋਂ ਮੀਰ ਮੰਨੂ ਨੂੰ ਭੇਜਦੇ ਆ ਕਿਨੂੰ ਭੇਜਦੇ ਆ ਮੀਰ ਮੰਨੂ ਮੀਰ ਮੰਨੂ ਕੌਣ ਸੀ ਜਿਹੜਾ ਦਿੱਲੀ ਦਾ ਵਜ਼ੀਰ ਸੀ ਨਾ ਕਮਰੋਦੀਨ ਉਹਦਾ ਮੁੰਡਾ ਸੀਗਾ ਮੀਰ ਮੰਨੂ ਇਹਦੇ ਬਾਰੇ ਪੜਾਂਗੇ ਆਪਾਂ ਅੱਗਾ ਠੀਕ ਹੈ ਜੀ ਅੱਗੇ ਮੀਰ ਮੰਨੂ ਠੀਕ ਹੈ ਸਿੱਖ ਕੀ ਕਰ ਰਹੇ ਆ ਇਸ ਟਾਈਮ ਸਿੱਖਾ ਸਿੱਖ ਬਈ ਘੱਟੋ ਘੱਟ 65 ਜਥਿਆਂ ਦੇ ਵਿੱਚ ਅਲੱਗ-ਅਲੱਗ ਜਥਿਆਂ ਦੇ ਵਿੱਚ ਵੰਡੇ ਹੋਏ ਸੀਗੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਸਾਰੇ ਇਕੱਠੇ ਹੁੰਦੇ ਆ ਤੇ ਇੱਕ ਬਣਾਉਂਦੇ ਆਂ ਦਲ ਖਾਲਸਾ ਕੀ ਬਣਾਉਂਦੇ ਆਂ ਜੀ ਦਲ ਖਾਲਸਾ ਤਾਂ ਇਹ ਵੀ ਅੱਜ ਦੀ ਵੀਡੀਓਜ਼ ਦੇ ਵਿੱਚ ਆਪਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਨੇ ਪੜ੍ਹਨਾ ਠੀਕ ਹੈ ਤਾਂ ਇਹ ਚਾਰ ਘਟਨਾਵਾਂ ਪੜ੍ਹਨੀ ਹੈ ओके okay, दल खालसा ਵੀ ਪੜਨਾ ਹੈ ਮੀਰ ਮੰਨੂ ਨੂੰ ਵੀ ਪੜਨਾ ਹੈ ਅਬਦਾਲੀ ਦੇ ਹਮਲੇ ਵੀ ਪੜਨੇ ਠੀਕ ਹੈ ਤੇ ਇਹ ਪਿਛਲੀ ਕਲਾਸ ਆਪਾਂ ਨੇ ਇੱਥੇ ਰੋਕੀ ਸੀਗੀ ਹਨਾ ਹੁਣ ਆਪਾਂ ਇੱਥੋਂ ਸਟਾਰਟ ਕਰਾਂਗੇ ਦੁਬਾਰਾ ਦੇਖੋ ਜੀ ਪਹਿਲਾਂ ਅਬਦਾਲੀ ਬਾਰੇ ਦੇਖ ਲਓ ਦੋ ਚਾਰ ਪੁਆਇੰਟ ਅਬਦਾਲੀ ਪੂਰਾ ਨਾਂ ਕੀ ਹੈ ਅਹਿਮਦ ਸ਼ਾ ਅਬਦਾਲੀ ਹੈ ਜਿਹੜਾ ਅਫਗਾਨਿਸਤਾਨ ਦਾ ਸ਼ਾਸਕ ਸੀ ਯਾਨੀ ਪੰਜਾਬ ਦਾ ਲਾਹੌਰ ਵਾਲਾ ਏਰੀਆ ਹੋ ਗਿਆ ਉਸ ਤੋਂ ਅੱਗੇ ਇਹਦਾ ਏਰੀਆ ਸਟਾਰਟ ਹੋ ਜਾਂਦਾ ਸੀਗਾ ਠੀਕ ਹੈ 191747 ਤੋਂ ਲੈ ਕੇ 1747 ਤੋਂ ਲੈ ਕੇ 1767 ਤੱਕ 20 ਸਾਲਾਂ ਦੇ ਵਿੱਚ ਇਹਨੇ ਪੰਜਾਬ ਤੇ 8 ਵਾਰ ਹਮਲਾ ਕਰਿਆ ਕਿੰਨੀ ਵਾਰ 8 ਵਾਰ ਹਮਲਾ ਇਹ ਸੁਪਰ ਇੰਪੋਰਟੈਂਟ ਹੈ ਵੀ ਡਾਇਰੈਕਟ ਪੁੱਛਦੇ ਆ ਅਬਦਾਲੀ ਦੇ ਕਿੰਨੇ ਹਮਲੇ ਹੋਏ ਆ 8 ਹਮਲੇ ਹੋਏ ਆ ਅਬਦਾਲੀ ਦੇ ਠੀਕ ਹੈ ਪਹਿਲਾ ਹਮਲਾ ਦੇਖਦੇ ਆਂ ਚਲੋ ਅਬਦਾਲੀ ਦਾ ਅਬਦਾਲੀ ਦਾ ਪਹਿਲਾ ਹਮਲਾ 1747 48 ਦੇ ਵਿੱਚ ਇਹਨੇ ਕਰਿਆ ਕਿਹਨੇ ਬੁਲਾਇਆ ਇਹਨੂੰ ਇਹਨੂੰ ਬੁਲਾਇਆ ਯਹੀਆ ਖਾਨ ਦੇ ਭਾਈ ਤਹਿਨਵਾਜ਼ ਖਾਨ ਨੇ ਕਿ ਸਹਿਨਵਾਜ਼ ਖਾਨ ਨੂੰ ਇੱਛਾਈ ਸੀ ਕਿ ਪੰਜਾਬ ਉਹਦੇ ਕੋਲ ਆ ਜਾਏ ਤਾਂ ਉਹਨੇ ਕੀ ਕਰਿਆ ਯਹੀ ਖਾਨ ਨੂੰ ਚੱਕ ਕੇ ਜਿਹੜਾ ਮੁਗਲਾਂ ਦਾ ਬੰਦਾ ਸੀਗਾ ਯਹੀ ਖਾਨ ਉਹਨੂੰ ਚੱਕ ਕੇ ਜੇਲ੍ਹ ਚ ਪਾਤਾ ਠੀਕ ਹੈ ਆਪਣੀ ਜੋਵੀ ਸੈਨਾ ਉਹਦੇ ਕੋਲ ਸੀ ਤੇ ਅਫਦਾਲੀ ਨੂੰ ਵੀ ਇਨਵਾਈਟ ਕਰ ਲਿਆ ਉਹਨੇ ਠੀਕ ਹੈ ਪਰ ਜਦੋਂ ਅਫਦਾਲੀ ਪੰਜਾਬ ਦੇ ਵਿੱਚ ਆਂਦਾ ਹੈ ਤਾਂ ਉਹ ਡਰ ਜਾਂਦਾ ਹੈ ਉਹ ਪਹਿਲਾਂ ਹੀ ਅਫਦਾਲੀ ਦੇ ਆਉਣ ਤੋਂ ਪਹਿਲਾਂ ਹੀ ਮੁਗਲਾਂ ਤੋਂ ਮਾਫੀ ਮੰਗ ਕੇ ਮੁਗਲਾਂ ਦੇ ਨਾਲ ਦੁਬਾਰੀ ਸਮਝੌਤਾ ਕਰ ਲੈਂਦਾ ਹੈ ਠੀਕ ਹੈ ਪਰ ਅਫਦਾਲੀ ਦੇ ਆਉਣ ਤੇ ਸਹਿਨਵਾਜ਼ ਖਾਨ ਨੇ ਦਿੱਲੀ ਦੇ ਵਜ਼ੀਰ ਕਮਰੂਦੀਨ ਨਾਲ ਸਮਝੌਤਾ ਕਰ ਲਿਆ ਇਹ ਦਿੱਲੀ ਦਾ ਵਜ਼ੀਰ ਸੀਗਾ ਵੀ ਜੀ ਕਮਰੂਦੀਨ ਯਾਦ ਰੱਖਣਾ ਕਮਰੂਦੀਨ ਨਾਲ ਸਮਝੌਤਾ ਕਰ ਲਿਆ ਜਿਸ ਕਰਕੇ ਅਬਦਾਲੀ ਨੂੰ ਬਹੁਤ ਗੁੱਸਾ ਆਇਆ ਠੀਕ ਹੈ ਇਨਵਾਈਟ ਵੀ ਕਰ ਲਿਆ ਹੁਣ ਜਦੋਂ ਸਾਥ ਦੇਣ ਦੀ ਵਾਰੀ ਆਈ ਹੈ ਚੱਕ ਕੇ ਫੇਰ ਮੁਗਲਾਂ ਦੇ ਨਾਲ ਰਲ ਗਿਆ ਠੀਕ ਹੈ ਤਾਂ ਅਬਦਾਲੀ ਕੀ ਕਰਦਾ ਅਬਦਾਲੀ ਪਹਿਲਾਂ ਤਾਂ ਸਹਿਨਵਾਜ਼ ਖਾਨ ਨੂੰ ਹਰਾਉਂਦਾ ਗਈ ਠੀਕ ਹੈ ਲਾਹੌਰ ਤੇ ਕਬਜ਼ਾ ਕਰ ਲੈਂਦਾ ਹੈ ਅਬਦਾਲੀ ਫਿਰ ਅੱਗੇ ਆਂਦਾ ਲਾਹੌਰ ਤੋਂ ਅੱਗੇ ਆਂਦਾ ਸਰੰਦ ਦੀ ਲੜਾਈ ਹੁੰਦੀ ਹੈ ਇੱਥੇ ਨੇ ਦਿੱਲੀ ਦੇ ਵਜ਼ੀਰ ਕਮਰੂਦੀਨ ਨੂੰ ਵੀ ਹਰਾਤਾ ਠੀਕ ਹੈ ਫਿਰ ਮੰਨੂਪੁਰ ਦੀ ਲੜਾਈ ਹੁੰਦੀ ਹੈ ਇਹ ਬਹੁਤ ਇੰਪੋਰਟੈਂਟ ਹੈ ਕਿਹੜੀ ਲੜਾਈ ਹੁੰਦੀ ਹੈ ਮੰਨੂਪੁਰ ਦੀ ਲੜਾਈ 1748 ਦੇ ਵਿੱਚ ਠੀਕ ਹੈ ਇਸ ਲੜਾਈ ਦੇ ਵਿੱਚ ਅਬਦਾਲੀ ਹਾਰ ਜਾਂਦਾ ਹੈ ਤੇ ਅਬਦਾਲੀ ਨੂੰ ਪਤਾ ਹੈ ਕੋਣ ਹਾਰਦਾ ਹੈ ਇਹ ਕਮਰੂਦੀਨ ਦਾ ਮੁੰਡਾ ਇਸ ਕਮਰੂਦੀਨ ਦਾ ਪੁੱਤਰ ਮੀਰ ਮੰਨੂ ਤਾਂ ਅਬਦਾਲੀ ਨੂੰ ਕਮਰੂਦੀਨ ਦੇ ਮੁੰਡੇ ਕਮਰੂਦੀਨ ਦੇ ਪੁੱਤਰ ਮੀਰ ਮੰਨੂ ਜਿਹਦਾ ਨਾਂ ਸੀਗਾ ਮੁਇਨ ਮੁਇਨ ਉਲ ਮੁਲਕ ਠੀਕ ਹੈ ਮੀਰ ਮੰਨੂ ਦਾ ਦੂਜਾ ਨਾਂ ਕੀ ਸੀਗਾ ਮਤਲਬ ਅਸਲੀ ਨਾਂ ਮੁਇਨ ਉਲ ਮੁਲਕ ਇਹਨੇ ਹਰਾਤਾ ਅਬਦਾਲੀ ਨੂੰ ਅਬਦਾਲੀ ਇਹ ਯਾਦ ਰੱਖਣਾ ਹੈ ਇਹ ਅਬਦਾਲੀ ਦੀ ਹਾਰ ਸੀ ਇੱਥੇ ਮੰਨੂਪੁਰ ਦੀ ਲੜਾਈ ਦੇ ਵਿੱਚ ਅਬਦਾਲੀ ਕਿਹੜੇ ਯੁੱਧ ਦੇ ਵਿੱਚ ਹਾਰਿਆ ਮੰਨੂਪੁਰ ਦੀ ਲੜਾਈ ਦੇ ਵਿੱਚ ਕਿਹਨੇ ਹਰਾਇਆ ਮੀਰ ਮੰਨੂ ਨੇ ਹਰਾਇਆ ਮੀਰ ਮੰਨੂ ਕੌਣ ਸੀਗਾ ਬਈ ਮੀਰ ਮੰਨੂ ਸੀਗਾ ਦਿੱਲੀ ਦੇ ਵਜ਼ੀਰ ਕਮਰੂਦੀਨ ਦਾ ਪੁੱਤਰ ਓਕੇ ਠੀਕ ਹੈ ਤਾਂ ਇਹ ਯਾਦ ਰੱਖਣਾ ਤਾਂ ਹੁਣ ਅਬਦਾਲੀ ਤਾਂ ਬਹੁਤ ਨੁਕਸਾਨ ਹੋਇਆ ਅਬਦਾਲੀ ਵਾਪਸ ਜਾ ਰਿਹਾ ਹੈ ਸੈਡ ਸੈਡ ਵਿਚਾਰਾ ਠੀਕ ਹੈ ਜੀ ਉਦਾਸ ਯਾਨੀ ਕਿ ਸੈਡ ਦਾ ਮਤਲਬ ਉਦਾਸ ਠੀਕ ਹੈ ਤਾਂ ਉਦਾਸ ਹੋ ਕੇ ਉਹ ਵਾਪਸ ਜਾ ਰਿਹਾ ਹੈ ਉਸੇ ਦੌਰਾਨ ਸਿੱਖ ਵੀ ਅਚਾਨਕ ਗੋਰੀਲਾ ਵਾਰ ਕਰਦੇ ਆ ਮਤਲਬ ਅਚਾਨਕ ਹਮਲਾ ਕਰਦੇ ਆ ਤੇ ਲੁੱਟ ਖੋਟੋ ਦੇ ਨਾਲ ਕਰ ਲੈਂਦੇ ਠੀਕ ਹੈ ਇਹ ਸਾਰਾ ਕੁਝ ਹੋਇਆ ਅਫਗਾਨੀ ਦੇ ਪਹਿਲੇ ਹਮਲੇ ਦੇ ਵਿੱਚ ਯਾਨੀ ਕੁੱਲ ਮਿਲਾ ਕੇ ਪਹਿਲੇ ਹਮਲੇ ਦੇ ਵਿੱਚ ਅਫਗਾਨੀ ਜਿਹੜਾ ਅਸਫਲ ਰਿਹਾ ਉਹਨੂੰ ਨਿਰਾਸ਼ਾ ਹੈ ਜਿਹੜੀ ਉਹ ਹੱਥ ਲੱਗੀ ਹੈ ਠੀਕ ਹੈ ਪੂਰੀ ਸਟੋਰੀ ਸਮਝ ਵਿੱਚ ਆ ਗਈ ਕੀ ਹੋਇਆ ਕੀ ਹੈ ਠੀਕ ਹੈ ਹੁਣ ਮੁਗਲ ਦੇਖਦੇ ਆ ਵੀ ਪੰਜਾਬ ਦੇ ਵਿੱਚ ਕੀ ਹੋਇਆ ਤਾ ਪੰਜਾਬ ਦੇ ਵਿੱਚ ਦੇਖੋ ਸਹਿਨਵਾਜ਼ ਖਾਨ ਵੀ ਉਹਨੇ ਹਰਾਤਾ ਸੀਗਾ ਵੈਸੇ ਵੀ ਸਹਿਨਵਾਜ਼ ਖਾਨ ਕੀ ਹੈ ਇੱਕ ਮਤਲਬ ਵਿਸ਼ਵਾਸਪਾਤਰ ਬੰਦਾ ਉਹਨਾਂ ਦੇ ਨਹੀਂ ਰਿਹਾ ਕਿਉਂਕਿ ਉਹਨੇ ਆਪਣੇ ਭਾਈ ਯਾਹੀਆ ਖਾਨ ਨੂੰ ਚੱਕ ਕੇ ਜੇਲ੍ਹ ਚ ਪਾਇਆ ਸੀ ਤਾਂ ਉਸ ਸਹਿਨਵਾਜ਼ ਖਾਨ ਵੀ ਸਾਈਡ 'ਚ ਕਰਤਾ ਉਹਨਾਂ ਨੇ ਠੀਕ ਹੈ ਉਹ ਚੱਕ ਕੇ ਉਹ ਦੇਖਦੇ ਆ ਵੀ ਅਬਦਾਲੀ ਨੂੰ ਹਰਾਇ ਮੀਰ ਮੰਨੂ ਨੇ ਤਾਂ ਪੰਜਾਬ ਦਾ ਗਵਰਨਰ ਬਣਾ ਦਿੰਦੇ ਆ ਮੀਰ ਮੰਨੂ ਨੂੰ ਮੁਗਲ ਠੀਕ ਹੈ ਠੀਕ ਹੈ ਜੀ ਆ ਦੇਖੋ ਫਿਰ ਮੀਰ ਮੰਨੂ ਯਾਨੀ ਮੁਇਨ ਉਲ ਮੁਲਕ 1748 ਤੋਂ ਲੈ ਕੇ 1753 ਤੱਕ ਇਹ ਪੰਜਾਬ ਦਾ ਗਵਪਤ ਸੂਬੇਦਾਰ ਰਿਹਾ ਜਾਂ ਗਵਰਨਰ ਹੈ ਠੀਕ ਹੈ ਮੀਰ ਮਨੂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਯਾਦ ਰੱਖਣਾ ਉਸ ਟਾਈਮ ਮੋਗਲਾਂ ਦਾ ਰਾਜਾ ਕੌਣ ਸੀਗਾ ਮੁਹੰਮਦ ਸ਼ਾਹ ਰੰਗੀਲਾ ਇਸ ਦਾ ਜਿਹੜਾ ਵਜ਼ੀਰ ਸੀਗਾ ਕਮਰੂਦੀਨ ਉਹਦਾ ਪੁੱਤਰ ਸੀਗਾ ਬਈ 48 ਤੋਂ 53 ਤੱਕ ਪੰਜਾਬ ਦਾ ਸੂਬੇਦਾਰ ਰਿਹਾ ਠੀਕ ਹੈ ਜਦੋਂ ਇਹ ਪੰਜਾਬ ਦਾ ਸੂਬੇਦਾਰ ਬਣਿਆ ਠੀਕ ਹੈ ਤਾਂ ਇਹਨੇ ਪੰਜਾਬ ਦੇ ਵਿੱਚ ਦੇਖਿਆ ਤਾਂ ਇਹਨੇ ਪੰਜਾਬ ਦੇ ਵਿੱਚ ਕਿਹਾ ਜੋ ਵੀ ਇਹਦੇ ਅੰਡਰ ਉਹ ਮੁਸਲਿਮ ਹੋਰ ਛੋਟੇ ਮਤਲਬ ਲੀਡਰਾਂ ਦੇ ਸੀਗੇ ਠੀਕ ਹੈ ਅਲੱਗ-ਅਲੱਗ ਜਗ੍ਹਾ ਦੇ ਜਿਲੰਦਰ ਦੋ ਆਬਦਾ ਹੋ ਗਿਆ ਹਨਾ ਤਾਂ ਇਹਨੇ ਕਿਹਾ ਵੀ ਆਪਣੇ ਆਪਣੇ ਏਰੀਆ ਦੇ ਵਿੱਚ ਸਿੱਖਾਂ ਨੂੰ ਕੀ ਕਰੋ ਤੁਸੀਂ ਕੰਟਰੋਲ ਕਰੋ ਠੀਕ ਹੈ ਤਮੀਰ ਮਨੂ ਨੇ ਜਿਲੰਦਰ ਦਾ ਜਿਹੜਾ ਫੌਜਦਾਰ ਸੀਗਾ ਅਦੀਨਾ ਬੇਗ ਯਾਦ ਰੱਖਣਾ ਇਹਦਾ ਨਾਮ ਅੱਗੇ ਬਾਰ-ਬਾਰ ਆਏਗਾ ਜਿਲੰਦਰ ਦਾ ਫੌਜਦਾਰ ਸੀਗਾ ਵੀ ਅਦੀਨਾ ਬੇਗ ਇਹਨੂੰ ਆਰਡਰ দেয়া ਕਿ ਸਿੱਖਾਂ ਵਿਰੁੱਧ ਕੋਈ ਠੋਸ ਕਾਰਵਾਈ ਕਰੋ ਪਰ ਅਦੀਨਾ ਬੇਗ ਕੀ ਸੀਗਾ ਭਈ ਅਦੀਨਾ ਬੇਗ ਜਾਣ ਬੁਝ ਕੇ ਮਤਲਬ ਕਾਰਵਾਈ ਤਾਂ ਕਰਦਾ ਸੀਗਾ ਪਰ ਬਹੁਤ ਜ਼ਿਆਦਾ ਸ਼ਕਤੀ ਦੇ ਨਾਲ ਨਹੀਂ ਬਹੁਤ ਜ਼ਿਆਦਾ ਅ ਸੌਖੇ ਤਰੀਕੇ ਨਾਲ ਠੀਕ ਹੈ ਕਿਉਂ ਕਿਉਂਕਿ ਉਹ ਚਾਹੁੰਦਾ ਸੀਗਾ ਕਿ ਮਾਹੌਲ ਆ ਜਿਹੜਾ ਨਾ ਮਾਹੌਲ ਖਰਾਬ ਹੀ ਰਹੇ ਪੰਜਾਬ ਦਾ ਤਾਂ ਕਿ ਮੁਗਲਾਂ ਨੂੰ ਇਹ ਲੱਗੇ ਕਿ ਹਾਂ ਮੀਰ ਮੰਨੂ ਤੋਂ ਵੀ ਕੰਟਰੋਲ ਨਹੀਂ ਕੁਝ ਹੋ ਰਿਹਾ ਮੀਰ ਮੰਨੂ ਤੋਂ ਪੰਜਾਬ ਸ਼ਾਂਤ ਨਹੀਂ ਹੋ ਰਿਹਾ ਤੇ ਮੀਰ ਮੰਨੂ ਦੀ ਥਾਂ ਤੇ ਅਦੀਨਾ ਬੇਗ ਨੂੰ ਪੰਜਾਬ ਦਾ ਸੁਬੇਦਾਰ ਬਣਾਇਆ ਜਾਏ ਠੀਕ ਹੈ ਨਾ ਕਿਉਂਕਿ ਇਹ ਇਹ ਸਿਰਫ ਛੋਟਾ ਜਿਹਾ ਏਰੀਆ ਸੀਗਾ ਇਹਦੇ ਕੋਲ ਜਲੰਧਰ ਦੁਆਬ ਦਾ ਓਕੇ ਤਾਂ ਇਹ ਦੋਰੇ ਮਾਪਦੰਡ ਰੱਖਦਾ ਸੀ ਇਹ ਦੋਰੇ ਮਾਪਦੰਡ ਵੀ ਮੀਰ ਮੰਨੂ ਵਾਸਤੇ ਖਤਰਨਾਕ ਸਾਬਿਤ ਹੋਏ ਠੀਕ ਹੈ ਉਹ ਚਾਹੁੰਦਾ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਰਹੇ ਕੌਣ ਅਦੀਨਾ ਵੇਗ ਦੀ ਗੱਲ ਹੋ ਰਹੀ ਹੈ ਠੀਕ ਹੈ ਤੇ ਮੁਗਲ ਬਾਦਸ਼ਾਹ ਮੀਰ ਮੰਨੂ ਦੀ ਥਾਂ ਤੇ ਉਸ ਨੂੰ ਪੰਜਾਬ ਦਾ ਸੂਬੇਦਾਰ ਬਣਾ ਦੇਣ ਠੀਕ ਹੈ ਜੀ ਤਮੀਰ ਮੰਨੂ ਦੇ ਟਾਈਮ ਦੇ ਵਿੱਚ ਇਹ ਹੋ ਰਿਹਾ ਹੈ 1748 ਦੇ ਵਿੱਚ ਜਦੋਂ ਮੀਰ ਮੰਨੂ ਆਇਆ ਉਸੇ ਟਾਈਮ ਸਿੱਖ ਵਿਸਾਖੀ ਦੇ ਮੌਕੇ ਤੇ ਇਕੱਠੇ ਹੁੰਦੇ ਆਂ ਬਈ ਅੰਮ੍ਰਿਤਸਰ ਦੇ ਵਿੱਚ ਕਿੱਥੇ ਇੱਥੇ ਨਹੀਂ ਲਿਖਿਆ ਹੋਇਆ ਕੋਈ ਗੱਲ ਨਹੀਂ ਲਿਖਿਆ ਹੋਣਾ ਠੀਕ ਹੈ ਵੈਸੇ ਅੱਗੇ ਆਣੀ ਹੈ ਲਾਈਨ 1748 ਦੇ ਵਿੱਚ ਸਿੱਖ ਵਿਸਾਖੀ ਮੌਕੇ ਤੇ ਅੰਮ੍ਰਿਤਸਰ ਵਿੱਚ ਇਕੱਠੇ ਹੁੰਦੇ ਤੇ ਦਲ ਖਾਲਸਾ ਬਣਾਉਂਦੇ ਆਂ ਬ ਦਲ ਖਾਲਸਾ ਬਹੁਤ ਇੰਪੋਰਟੈਂਟ ਹੈ ਵੈਸੇ ਤੱਕ ਆ ਅੱਗੇ ਆਪਾਂ ਇਹਨੂੰ ਡਿਸਕਸ ਕਰਾਂਗੇ ਪੂਰੇ ਦੇ ਪੂਰੇ ਨੂੰ ਫਿਲਹਾਲ ਇਹ ਹੀ ਯਾਦ ਰੱਖ ਲਿਓ ਠੀਕ ਹੈ ਤੇ ਦਲ ਖਾਲਸਾ ਬਣ ਗਿਆ ਦਲ ਖਾਲਸਾ ਬੇਸਿਕਲੀ ਚਲੋ ਮੈਂ ਹੁਣੇ ਦੱਸਦਾ ਤੁਹਾਨੂੰ 65 ਅਲੱਗ-ਅਲੱਗ ਜੱਥਿਆਂ ਦੇ ਵਿੱਚ ਵੰਡੇ ਹੋਏ ਸੀਗੇ ਸਿੱਕੇ ਸਾਰੇ ਇਕੱਠੇ ਹੋ ਕੇ 12 ਜੱਥਿਆਂ ਦੇ ਵਿੱਚ ਬਣਦੇ ਆ ਜੀਕਾ ਮਤਲਬ 12 ਜੱਥੇ ਬਣਾਏ ਜਾਂਦੇ ਆ ਉਸ ਨੂੰ ਦਲ ਖਾਲਸਾ ਬੋਲੇ ਜਾਂਦਾ ਠੀਕ ਹੈ ਦਲ ਖਾਲਸਾ ਦੇ ਵਿੱਚ 11 ਜੱਥੇ ਸ਼ਾਮਿਲ ਕਰੇ ਗਏ ਸੀਗੇ ਠੀਕ ਹੈ ਤੇ ਦਲ ਖਾਲਸਾ ਬਣ ਗਿਆ ਵੀ ਮੀਰ ਮੰਨੂ ਇੱਕ ਸਾਈਡ ਪੰਜਾਬ ਦੇ ਵਿੱਚ ਮੀਰ ਮੰਨੂ ਦਾ ਰਾਜ ਚੱਲ ਰਿਹਾ ਹੈ ਦੂਜੀ ਸਾਈਡ ਸਿੱਖ ਇਕੱਠੇ ਹੋ ਕੇ ਕੀ ਬਣਾ ਲਿਆ ਸਿੱਖਾਂ ਨੇ ਗੱਲ ਖਾਲਸਾ ਬਣਾ ਲਿਆ ਅਲੱਗ-ਅਲੱਗ ਜਥਿਆਂ ਦੇ ਵਿੱਚੋਂ ਡਿਵਾਈਡ ਹੋ ਗਏ ਮਿਸਲਾਂ ਦੇ ਵਿੱਚ ਡਿਵਾਈਡ ਹੋ ਗਏ ਠੀਕ ਹੈ ਹੁਣ ਦੇਖੋ ਬਈ ਹੁੰਦਾ ਕੀ ਹੈ ਅਗਲਾ ਟੋਪਿਕ ਆਪਣਾ ਹੈ ਰਾਮ ਰੋਣੀ ਕਿਲੇ ਤੇ ਹਮਲਾ 1748 ਦੇ ਵਿੱਚ ਹੀ ਜਦੋਂ ਦਲ ਖਾਲਸਾ ਬਣ ਗਿਆ ਤਾਂ ਦੀਵਾਲੀ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਸਿੱਖ ਇਕੱਠੇ ਹੁੰਦੇ ਆ ਜਦੋਂ ਇਹ ਗੱਲ ਮੀਰ ਮੰਨੂ ਨੂੰ ਪਤਾ ਲੱਗਦੀ ਹੈ ਠੀਕ ਹੈ ਤਾਂ ਉਹ ਕੀ ਕਰਦਾ ਉਹ ਬਹੁਤ ਵੱਡੀ ਸੈਨਾ ਲੈ ਕੇ ਅੰਮ੍ਰਿਤਸਰ ਵੱਲ ਚੱਲ ਪੈਂਦਾ ਠੀਕ ਹੈ ਜੀ ਸਿੱਖਾਂ ਨੂੰ ਵੀ ਇਹ ਗੱਲ ਪਤਾ ਲੱਗਦੀ ਹੈ ਤਾਂ ਸਿੱਖ ਵੀ ਰਾਮ ਰੋਣੀ ਦਾ ਜਿਹੜਾ ਕਿਲਾ ਹੈ ਉਹਦੇ ਵਿੱਚ ਸ਼ਰਨ ਲੈ ਲੈਂਦੇ ਆ ਤੇ ਆਪਣੀ ਪੋਜੀਸ਼ਨ ਮਤਲਬ ਉੱਥੇ ਆਪਣੇ ਆਪਣੇ ਆਪ ਨੂੰ ਸਿਕਿਉਰ ਕਰਕੇ ਉੱਥੇ ਲੜਾਈ ਕਰਨ ਵਾਸਤੇ ਰੈਡੀ ਹੋ ਜਾਂਦੇ ਆ ਠੀਕ ਹੈ ਤਾਂ ਮੀਰ ਮੰਨੂ ਆਂਦਾ ਜੀ ਮੀਰ ਮੰਨੀ ਕਿਲੇ ਨੂੰ ਘੇਰ ਲੈਂਦਾ 4 ਮਹੀਨਿਆਂ ਤੱਕ ਘੇਰਾ ਚੱਲਦਾ 4 ਮਹੀਨਿਆਂ ਤੱਕ ਇਹ ਘੇਰਾ ਚੱਲਦਾ ਰਹਿੰਦਾ ਠੀਕ ਹੈ ਲੜਾਈ ਜਿਹੜੀ ਕੰਟੀਨਿਊ ਹੈ ਬਟ ਇਸੇ ਦੌਰਾਨ ਹੁੰਦਾ ਕੀ ਹੈ ਅਬਦਾਲੀ ਹਾਰ ਕੇ ਗਿਆ ਹੋਇਆ ਸੀਗਾ ਠੀਕ ਹੈ ਨਾ ਤਾਂ ਅਬਦਾਲੀ ਨੂੰ ਬਦਲਾ ਤਾਂ ਲੈਣਾ ਹੀ ਸੀ ਅਬਦਾਲੀ ਬਈ ਦੁਬਾਰੇ ਪ੍ਰਿਪੇਅਰ ਹੋ ਕੇ ਸੈਨਾ ਲੈ ਕੇ ਦੁਬਾਰੇ ਪੰਜਾਬ ਵੱਲ ਆਉਣ ਲੱਗ ਜਾਂਦਾ ਠੀਕ ਹੈ ਤੇ ਇਹ ਗੱਲ ਮੀਰ ਮੰਨੂ ਨੂੰ ਪਤਾ ਲੱਗਦੀ ਹੈ ਤਾਂ ਮੀਰ ਮੰਨੂ ਕੀ ਕਰਦਾ ਹੈ ਵੀ ਫਿਰ ਮੀਰ ਮੰਨੂ ਇੱਥੇ ਲੜਾਈ ਨੂੰ ਛੱਡ ਕੇ ਠੀਕ ਹੈ ਇੱਥੇ ਉਹ ਸਿੱਖਾਂ ਨਾਲ ਸਮਝੌਤਾ ਕਰ ਲੈਂਦਾ ਇੱਥੇ ਲੜਾਈ ਨੂੰ ਛੱਡ ਕੇ ਉਧਰ ਲੱਗ ਜਾਂਦਾ ਹੈ ਅਫਦਾਲੀ ਦੀ ਤਿਆਰੀਆਂ ਦੇ ਵਿੱਚ ਦਿੱਲੀ ਕੰਟੈਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਇਹ ਮੁਗਲਾਂ ਦੇ ਬੰਦਾ ਹੈ ਨਾ ਤਾਂ ਇਹਨੇ ਦਿੱਲੀ ਮੈਸੇਜ ਭੇਜਦਾ ਕਿ ਹਾਂ ਪੰਜਾਬ ਦੇ ਉੱਤੇ ਮੁਗਲ ਅ ਅਫਦਾਲੀ ਦਾ ਹਮਲਾ ਹੋਣ ਆਲਾ ਹੈ ਵੀ ਤੁਸੀਂ ਵੀ ਉਧਰੋਂ ਕੋਈ ਸੈਨਾ ਵਗੈਰਾ ਭੇਜੋ ਠੀਕ ਹੈ ਤਾਂ ਇਸੇ ਦੌਰਾਨ ਅਫਦਾਲੀ ਦੇ ਹਮਲੇ ਦੀ ਸੂਚਨਾ ਮਿਲਦੀ ਹੈ ਤਾਂ ਮੀਰ ਮੰਨੂ ਤੇ ਸਿੱਖ ਆਪਸ ਵਿੱਚ ਸਮਝੌਤਾ ਕਰ ਲੈਂਦੇ ਆ ਮੀਰ ਮੰਨੂ ਸਿੱਖਾਂ ਨੂੰ ਕੋਈ ਜ਼ਗੀਰਾ ਵਗੈਰਾ ਦਿੰਦਾ ਹੈ ਠੀਕ ਹੈ ਤੇ ਉਹ ਗੱਲ ਇੱਥੇ ਨਿਬੜ ਜਾਂਦੀ ਹੈ ਲੜਾਈ ਬੰਦ ਹੋ ਜਾਂਦੀ ਹੈ ਰਾਮਰੋਣੀ ਵਾਲੀ ਠੀਕ ਹੈ ਮੀਰ ਮੰਨੂ ਨੇ ਦਿੱਲੀ ਹੈਲਪ ਵਾਸਤੇ ਐਸੀ ਜਲਾਇਆ ਹੋਇਆ ਸੀਗਾ ਬਟ ਉੱਥੋਂ ਹੈਲਪ ਕੋਈ ਪਹੁੰਚ ਨਹੀਂ ਰਹੀ ਮੀਰ ਮੰਨੂ ਕੱਲਾ ਅਸਮਰਥ ਹੈ ਕਿ ਉਹ ਅਫਗਾਨੀ ਦਾ ਹਮਲਾ ਕਰ ਲੇ ਤਾਂ ਮਤਲਬ ਅਫਗਾਨੀ ਦੇ ਹਮਲੇ ਦਾ ਸਾਹਮਣਾ ਕਰ ਲੇ ਤਾਂ ਉਹ ਕੀ ਕਰਦਾ ਚੱਕ ਕੇ ਅਫਗਾਨੀ ਨਾਲ ਸਮਝੌਤਾ ਕਰ ਲੈਂਦਾ ਇਹ ਅਫਗਾਨੀ ਦਾ ਸੀਗਾ ਦੂਜਾ ਹਮਲਾ ਅਫਗਾਨੀ ਦਾ ਦੂਜਾ ਹਮਲਾ 1748 ਤੋਂ 49 ਤਾਂ ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂ ਯਾਨੀ ਮੁਹਿੰਨ ਉਲ ਮਲਕ ਨੇ ਮੁਲਕ ਨੇ ਅਫਗਾਨੀ ਨਾਲ ਸੰਧੀ ਕਰ ਲਈ ਬਈ ਪੰਜਾਬ ਦੇ ਜਿਹੜੇ ਚਾਰ ਜ਼ਿਲ੍ਹੇ ਸੀਗੇ ਉਹਨਾਂ ਦਾ ਲਗਾਨ ਕਹਿੰਦਾ ਵੀ ਮੈਂ ਤੈਨੂੰ ਦੇ ਦਊਗਾ ਮੈਨੂੰ ਛੱਡ ਦੇ ਹਨਾ ਪਰ ਚਾਰ ਜ਼ਿਲ੍ਹਿਆਂ ਦਾ ਲਗਾਨ ਸਾਲਾਨਾ ਦੇਣ ਦੀ ਗੱਲ ਯਹਾਮੀਓ ਨੇ ਪਰ ਲਈ ਯਲਕੋਟ ਪੇਸ਼ਾਵਰ ਗੁਜਰਾਤ ਤੇ ਔਰੰਗਾਬਾਦ ਠੀਕ ਹੈ ਓਕੇ ਇਹ ਯਾਦ ਰੱਖਣੇ ਆ ਫਿਰ ਜੀ ਚਲੋ ਹੁਣ ਹਰ ਸਾਲ ਉਹ ਲਗਾਨ ਦੇ ਰਿਹਾ ਅਬਦਾਲੀ ਨੂੰ ਕਈ ਵਾਰ ਬਈ ਬੰਦਾ ਲੇਟ ਵੀ ਹੋ ਜਾਂਦਾ ਲਗਾਨ ਦੇਣੋਂ ਤਾਂ ਅਬਦਾਲੀ ਨੂੰ ਗੁੱਸਾ ਆ ਜਾਂਦਾ ਹੈ ਤਾਂ ਅਬਦਾਲੀ ਫਿਰ ਹਮਲਾ ਕਰਦਾ ਹੈ ਇਹ ਸੀਗਾ ਅਬਦਾਲੀ ਦਾ ਤੀਜਾ ਹਮਲਾ 1755-52 ਦੇ ਵਿੱਚ ਮੀਰ ਮੰਨੂ ਨੇ ਲਗਾਨ ਦੇਣ ਵਿੱਚ ਦੇਰੀ ਕੀਤੀ ਅਬਦਾਲੀ ਨੇ ਹਮਲਾ ਕਰ ਦਿੱਤਾ ਇਹ ਕਰ دیا۔ ਠੀਕ ਹੈ ਜੀ। ਲਾਹੌਰ ਵਿੱਚ ਕਈ ਮਹੀਨੇ ਲੜਾਈ ਚੱਲਦੀ ਹੈ ਜੀ। ਲਾਹੌਰ ਦੇ ਵਿੱਚ ਕਈ ਮਹੀਨੇ ਲੜਾਈ ਚੱਲਦੀ ਹੈ। ਉਸ ਲੜਾਈ ਤੋਂ ਬਾਅਦ ਮੀਰ ਮੰਨੂ ਮੀਰ ਮੰਨੂ ਨੂੰ ਬੰਦੀ ਬਣਾ ਲਿਆ ਚੰਦੇ। ਠੀਕ ਹੈ। ਮੀਰ ਮੰਨੂ ਨੂੰ ਬੰਦੀ ਬਣਾ ਲੈਂਦਾ ਹੈ ਅਬਦਾਲੀ ਹੁਣ ਜਦੋਂ ਮੁਗਲਾਂ ਦਾ ਗਵਰਨਰ ਹੀ ਮੁਗਲਾਂ ਦਾ ਜਿਹੜਾ ਨਿਯੁਕਤ ਕੀਤਾ ਗਿਆ ਸੂਬੇਦਾਰ ਹੀ ਹੈ ਉਹ ਅਬਦਾਲੀ ਕੋਲ ਮਤਲਬ ਅਬਦਾਲੀ ਨੇ ਉਹਨੂੰ ਬੰਦੀ ਬਣਾ ਲਿਆ ਤਾਂ ਪੂਰੇ ਪੰਜਾਬ ਦਾ ਫਿਰ ਸੂਬੇਦਾਰ ਕੌਣ ਹੋ ਜਾਏਗਾ ਇੱਕ ਤਰ੍ਹਾਂ ਨਾਲ ਅਬਦਾਲੀ ਹੀ ਹੋ ਗਿਆ। ਠੀਕ ਹੈ। ਪੂਰਾ ਪੰਜਾਬ ਮੁਗਲਾਂ ਦੇ ਹੱਥੋਂ ਗਿਆ ਕਿਹਦੇ ਕੋਲ ਆ ਗਿਆ ਹੁਣ ਇਹ ਚਲੇ ਗਿਆ ਅਬਦਾਲੀ ਕੋਲ ਯਾਦ ਰੱਖਣਾ ਹੈ 1752 ਦੀ ਗੱਲ ਹੈ ਕਿਹੜੇ ਸਾਲ ਦੀ ਗੱਲ ਹੈ 1752 ਡਾਇਰੈਕਟ ਪੇਪਰ 'ਚ ਪੁੱਛਿਆ ਜਾਂਦਾ ਹੈ ਕਿ ਪੰਜਾਬ ਮੁਗਲਾਂ ਦੇ ਹੱਥੋਂ ਕਦੋਂ ਨਿਕਲਿਆ 1752 ਜਾਂ ਪੰਜਾਬ ਦੇ ਉੱਤੇ ਅਬਦਾਲੀ ਦਾ ਕਬਜ਼ਾ ਕਦੋਂ ਹੋਇਆ 1752 ਠੀਕ ਹੈ ਪਰ ਮੀਰ ਮੰਨੂ ਇੱਕ ਮਤਲਬ ਵਾਰੀਅਰ ਦਾ ਸੀਗਾ ਹੀ ਉਹ ਠੀਕ ਹੈ ਅਬਦਾਲੀ ਨੇ ਕੀ ਕਰਿਆ ਅਬਦਾਲੀ ਨੇ ਮੀਰ ਮੰਨੂ ਨੂੰ ਹੀ ਦੁਬਾਰੇ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਅਬਦਾਲੀ ਨੇ ਮੀਰ ਮੰਨੂ ਨੂੰ ਕਿਹਾ ਵੀ ਚੱਲ ਤੂੰ ਵਧੀਆ ਯੋਧਾ ਹੈ ਤੂੰ ਐਦਾਂ ਕਰ ਮੈਂ ਤੇਰੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹਾਂ ਠੀਕ ਹੈ ਤੂੰ ਹੀ ਪੰਜਾਬ ਦਾ ਸੂਬੇਦਾਰ ਬਣ ਜਾ ਮੁਗਲਾਂ ਨੂੰ ਛੱਡ ਤੂੰ ਮੇਰੇ ਨਾਲ ਰਹਿ ਠੀਕ ਹੈ ਤਾਂ ਮੀਰ ਮੰਨੂ ਕਹਿੰਦਾ ਠੀਕ ਹੈ ਜੀ ਓਕੇ ਯਾਨੀ ਕਿ ਮੀਰ ਮੰਨੂ ਪਹਿਲਾਂ ਪੰਜਾਬ ਦਾ ਸੂਬੇਦਾਰ ਰਿਹਾ ਮੁਗਲਾਂ ਦੀ ਤਰਫੋਂ ਜਦੋਂ ਪੰਜਾਬ ਦੇ ਉੱਤੇ ਅਬਦਾਲੀ ਦਾ ਕਬਜ਼ਾ ਹੋ ਗਿਆ ਤਾਂ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਰਿਹਾ ਅਬਦਾਲੀ ਦੀ ਤਰਫੋਂ ਠੀਕ ਹੈ ओके ਤਾਂ ਹੁਣ 1752 ਤੋਂ ਲੈ ਕੇ 53 ਤੱਕ 73 ਤੱਕ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਰਹਿੰਦਾ ਅਫਦਾਲੀ ਦੀ ਸਾਈਡ ਤੋਂ ਪਰ 1753 ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ ਉਹਦੀ ਮੌਤ ਤੋਂ ਬਾਅਦ ਉਹਦੀ ਵਿਧਵਾ ਜਿਹੜੀ ਸੀਗੀ ਮੁਗਲਾਨੀ ਬੇਗਮ ਉਹ ਪੰਜਾਬ ਦੀ ਸੂਬੇਦਾਰ ਬਣਦੀ ਹੈ ਮੁਗਲਾਨੀ ਬੇਗਮ ਹੁਣ ਮੁਗਲ ਸੋਚਦੇ ਆ ਕਿ ਮੀਰ ਮੰਨੂ ਤੱਕ ਗਿਆ ਠੀਕ ਹੈ ਆਪਾਂ ਇਦਾਂ ਕਰਦੇ ਆ ਕਿਸੇ ਹੋਰ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੰਦੇ ਆ ਠੀਕ ਹੈ ਹਾਲਾਂਕਿ ਉਹਨਾਂ ਦਾ ਕਬਜ਼ਾ ਨਹੀਂ ਮੁਗਲਾਂ ਦਾ ਪਰ ਉਹ ਬਣਾ ਦਿੰਦੇ ਆ ਤੇ ਪੰਜਾਬ ਤੇ ਕਬਜ਼ਾ ਕਰਨ ਦੀ ਸੋਚਦੇ ਠੀਕ ਹੈ ਤਾਂ ਫਿਰ ਇਹ ਗੱਲ ਅਬਦਾਲੀ ਕਿੱਦਾਂ ਬਰਦਾਸ਼ਤ ਕਰ ਲੇਗਾ ਕਿ ਉਹਦੇ ਇਲਾਕੇ ਤੇ ਸੂਬੇਦਾਰ ਕੋਈ ਹੋਰ ਬਣਾ ਕੇ ਭੇਜ ਰਿਹਾ ਹੈ ਹਨਾ ਤਾਂ ਫਿਰ ਉਹ ਹਮਲਾ ਕਰਦਾ ਹੈ ਦੁਬਾਰੇ ਇਹ ਹੁੰਦਾ ਅਬਦਾਲੀ ਦਾ ਚੌਥਾ ਹਮਲਾ 1756 57 ਦੀ ਗੱਲ ਹੈ ਤਮੀਰ ਮਨੂ ਦੀ ਮੌਤ ਤੋਂ ਬਾਅਦ ਉਹਦੀ ਵਿਧਵਾ ਮੁਗਲਾਨੀ ਬੀਗਮ ਪੰਜਾਬ ਦੀ ਸੂਬੇਦਾਰ ਬਣਦੀ ਹੈ ਮੁਗਲ ਬਾਦਸ਼ਾਹ ਜਿਹੜਾ ਸੀਗਾ ਇਸ ਟਾਈਮ ਦੇ ਵਿੱਚ ਆਲਮਗੀਰ ਦੂਜਾ ਯਾਦ ਰੱਖਣਾ ਵੀ ਆਲਮਗੀਰ ਦੂਜਾ ਇਹ ਕੀ ਕਰਦਾ ਹੈ ਅਦੀਨਾ ਬੇਗ ਜਿਹਦੇ ਕੋਲ ਜਲੰਧਰ ਵਾਲਾ ਏਰੀਆ ਸੀਗਾ ਠੀਕ ਹੈ ਜਿਹਦੇ ਕੋਲ ਜਲੰਧਰ ਵਾਲਾ ਏਰੀਆ ਸੀਗਾ ਇਸ ਨੂੰ ਕਹਿੰਦਾ ਵੀ ਚਲ ਤੂੰ ਹੀ ਪੰਜਾਬ ਦਾ ਸੂਬੇਦਾਰ ਹੈ ਸਾਰੇ ਤੇ ਕਬਜ਼ਾ ਕਰ ਲੈ ਠੀਕ ਹੈ ਕਿਉਂਕਿ ਲਾਹੌਰ ਵਾਲੀ ਸਾਈਡ ਤਾਂ ਮੀਰ ਮੰਨੂ ਦੀ ਵਿਧਵਾ ਸੀਗੀ ਠੀਕ ਹੈ ਜਲੰਧਰ ਜਲੰਧਰ ਦੇ ਉੱਤੇ ਕੌਣ ਸੀਗਾ ਅਦੀਨਾ ਬੇਗ ਅਦੀਨਾ ਬੇਗ ਨੂੰ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰਿਆ ਜਾਂਦਾ ਹੈ ਤੇ ਅਦੀਨਾ ਬੇਗ ਨੂੰ ਕਿਹਾ ਜਾਂਦਾ ਹੈ ਕਿ ਤੂੰ ਹੀ ਕਬਜ਼ਾ ਕਰ ਲੈ ਸਾਰੇ ਪੰਜਾਬ ਦੇ ਉੱਤੇ ਇਹ ਗੱਲ ਅਬਦਾਲੀ ਦੇ ਬਿਲਕੁਲ ਬਰਦਾਸ਼ਤ ਤੋਂ ਬਾਹਰ ਸੀਗੀ ਠੀਕ ਹੈ ਕਿ ਉਹਦੇ ਇਲਾਕੇ ਦੇ ਉੱਤੇ ਕਿਸੇ ਹੋਰ ਨੂੰ ਸੂਬੇਦਾਰ ਬਣਾਇਆ ਜਾਏ ਉਹ ਵੀ ਮੁਗਲਾ ਦੁਆਰਾ ਬਿਲਕੁਲ ਵੀ ਠੀਕ ਹੈ ਨਾ ਤਾਂ ਅਬਦਾਲੀ ਨੂੰ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਈ ਉਸਨੇ ਚੌਥਾ ਹਮਲਾ ਕਰ ਦਿੱਤਾ 1757 ਵਿੱਚ ਉਸਨੇ ਦਿੱਲੀ ਵਿੱਚ ਪਹਿਲਾਂ ਪੰਜਾਬ ਨੂੰ ਕ੍ਰੋਸ ਕਰਕੇ ਜਾਂਦਾ ਹੈ ਜੀ ਪੰਜਾਬ ਦੇ ਵਿੱਚ ਤਬਾਹੀ ਮਚਾਉਂਦਾ ਹੈ ਦਿੱਲੀ ਜਾਂਦਾ ਹੈ ਦਿੱਲੀ ਦੇ ਵਿੱਚ ਮੁਗਲਾਂ ਦਾ ਕਤਲੇਆਮ ਹੁੰਦਾ ਹੈ ਪੰਜਾਬ ਦਾ ਸੂਬੇਦਾਰ ਫਿਰ ਉਹਨੇ ਕਿਹਨੇ ਕਿਹਨੂੰ ਬਣਾਇਆ ਜੀ ਪੰਜਾਬ ਦਾ ਸੂਬੇਦਾਰ ਉਹਨੇ ਬਣਾਇਆ ਤੈਮੂਰ ਸ਼ਾਹ ਨੂੰ ਕਿਹਨੂੰ ਬਣਾਇਆ ਤੈਮੂਰ ਸ਼ਾ ਆਪਣਾ ਹੀ ਪੁੱਤਰ ਉਹਦਾ ਸੀਗਾ ਠੀਕ ਹੈ ਯਾਨੀ ਉਹਨੇ ਅਦੀਨਾ ਬੇਗ ਤੇ ਉਹ ਜਿਹੜੀ ਮੀਰ ਮੰਨੂ ਦੀ ਬੀਗਮ ਸੀਗੀ ਕਿਉਂਕਿ ਉਹਨੂੰ ਪਤਾ ਇਹ ਇੰਨੀ ਜ਼ਿਆਦਾ ਪ੍ਰਭਾਵਿਤ ਨਹੀਂ ਰੱਖੂਗੀ ਪੰਜਾਬ ਦੇ ਉੱਤੇ ਤਾਂ ਉਹ ਸਾਰੇ ਨੂੰ ਹਟਾ ਕੇ ਆਪਣੇ ਹੀ ਪੁੱਤਰ ਨੂੰ ਨਿਯੁਕਤ ਕਰਕੇ ਜਾਂਦਾ ਹੈ ਤੈਮੂਰ ਸ਼ਾ ਨੂੰ ਯਾਦ ਰੱਖਣਾ ਹੈ ਠੀਕ ਹੈ ਪਹਿਲਾਂ ਮੀਰ ਮੰਨੂ ਮੀਰ ਮੰਨੂ ਤੋਂ ਬਾਅਦ ਫਿਰ ਕੌਣ ਆਇਆ ਉਹਦੀ ਵਾਈਫ ਉਹਦੀ ਵਿਧਵਾ ਮੁਗਲਾਨੀ ਬੀਗਮ ਪਰ ਮੁਗਲਾਨੀ ਬੀਗਮ ਦੇ ਤੁਰੰਤ ਬਾਅਦ ਹੀ ਉਹਨੇ ਆਪਣੇ ਪੁੱਤਰ ਤੈਮੂਰ ਸ਼ਾ ਨੂੰ ਪੰਜਾਬ ਦਿੱਤਾ ਠੀਕ ਹੈ ਜਦੋਂ ਵਾਪਸੀ ਜਾ ਰਿਹਾ ਸੀ ਤਾਂ ਸਿੱਖਾਂ ਦੇ ਨਾਲ ਝੜਪ ਹੋ ਜਾਂਦੀ ਹੈ ਇਸ ਲੜਾਈ ਦੇ ਵਿੱਚ ਦੇਖੋ ਅੰਮ੍ਰਿਤਸਰ ਵਿੱਚ ਸਿੱਖਾਂ ਨਾਲ ਲੜਾਈ ਹੁੰਦੀ ਹੈ ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਯਾਦ ਰੱਖਣਾ ਹੈ ਬਾਬਾ ਦੀਪ ਸਿੰਘ ਜੀ ਜਿਹੜੇ ਕਿ ਕੌਣ ਸੀ ਮਿਸ਼ਨ ਨਾਲ ਸਬੰਧਤ ਸੀਗੇ ਸ਼ਹੀਦੀ ਮਿਸ਼ਨ ਨਾਲ ਠੀਕ ਹੈ ਨਾ ਕਿਹੜੀ ਮਿਸ਼ਨ ਨਾਲ ਸਬੰਧਤ ਸੀਗੇ ਸ਼ਹੀਦੀ ਮਿਸ਼ਨ ਨਾਲ ਸਬੰਧਤ ਸੀ ਤਾਂ ਬਾਬਾ ਦੀਪ ਸਿੰਘ ਜੀ ਜਹਾਨ ਖਾਨ ਨਾਲ ਲੜਾਈ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ 1757 ਅੰਮ੍ਰਿਤਸਰ ਦੇ ਵਿੱਚ ਠੀਕ ਹੈ ਯਾਦ ਰੱਖਣਾ 1757 ਅੰਮ੍ਰਿਤਸਰ ਦੇ ਵਿੱਚ ਤਾਂ ਇਹ ਸੀਗਾ ਵੀ ਅਫਦਾਲੀ ਦਾ ਚੌਥਾ ਹਮਲਾ ਹੁਣ ਉਹਨੇ ਪੰਜਾਬ ਦੇ ਉੱਤੇ ਕਿਹਨੂੰ ਛੱਡ ਕੇ ਗਿਆ ਉਹ ਪੰਜਾਬ ਦੇ ਉੱਤੇ ਛੱਡ ਕੇ ਗਿਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਤੇ ਆਪ ਉਹ ਚਲਾ ਗਿਆ ਠੀਕ ਹੈ ਹੁਣ ਕਰਦੇ ਕੀ ਹੈ ਇੱਕ ਸਾਰਾ ਦਲ ਖਾਲਸਾ ਕਿਉਂਕਿ ਇਸ ਟਾਈਮ ਦਲ ਖਾਲਸਾ ਬਣ ਚੁੱਕਿਆ ਸੀਗਾ ਦਲ ਖਾਲਸਾ ਵੀ ਤੇ ਮਰਾਠੇ ਵੀ ਇਕੱਠੇ ਹੁੰਦੇ ਆ ਦਲ ਖਾਲਸਾ ਤੇ ਮਰਾਠੇ ਇਕੱਠੇ ਹੋ ਕੇ ਤੈਮੂਰ ਸ਼ਾਹ ਨੂੰ ਇੱਥੋਂ ਭਜਾ ਦਿੰਦੇ ਠੀਕ ਹੈ ਇਹ ਗੱਲ ਫਿਰ ਅਬਦਾਲੀ ਨੂੰ ਪਤਾ ਲੱਗਦੀ ਹੈ ਅਬਦਾਲੀ ਫੇਰ ਹਮਲਾ ਕਰਦਾ ਹੈ ਏਸੀ ਕਬਦਾਲੀ ਦਾ ਪੰਜਵਾਂ ਹਮਲਾ 1769 ਤੋਂ ਲੈ ਕੇ 61 ਤੱਕ ਤਾਂ 1758 ਵਿੱਚ ਦਲ ਖਾਲਸਾ ਅਤੇ ਮਰਾਠੇ ਇਹ ਮਿਲ ਕੇ ਤੈਮੂਰ ਸ਼ਾਹ ਨੂੰ ਜਿਹੜਾ ਕਿ ਅਬਦਾਲੀ ਦਾ ਪੁੱਤਰ ਸੀ ਤੇ ਪੰਜਾਬ ਦਾ ਸੂਬੇਦਾਰ ਸੀ ਉਸ ਨੂੰ ਭਜਾ ਦਿੰਦੇ ਆ ਤੇ ਪੰਜਾਬ ਦਾ ਸੂਬੇਦਾਰ ਕਿਹਨੂੰ ਬਣਾਉਂਦੇ ਆ ਅਦੀਨਾ ਬੇਗ ਨੂੰ ਬਣਾਉਂਦੇ ਆ ਕਿਹਨੂੰ ਬਣਾਉਂਦੇ ਆ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰਦੇ ਆ ਠੀਕ ਹੈ ਜੀ ਇਹ ਗੱਲ ਅਬਦਾਲੀ ਨੂੰ ਪਤਾ ਲੱਗਦੀ ਹੈ ਤਾਂ 1769 ਦੇ ਵਿੱਚ ਅਬਦਾਲੀ ਪੰਜਵਾਂ ਹਮਲਾ ਕਰਦਾ ਹੈ ਪੰਜਵਾਂ ਹਮਲਾ ਕਰਦਾ ਹੈ ਜੀ ਪੰਜਾਬ ਦੇ ਵਿੱਚ ਤਬਾਹੀ ਮਚਾਉਂਦਾ ਹੈ ਪੰਜਾਬ ਦੇ ਵਿੱਚ ਜਦੋਂ ਤਬਾਹੀ ਮਚਾ ਰਿਆ ਸੀ ਤਾਂ ਇਹ ਗੱਲ ਪਤਾ ਲੱਗ ਗਈ ਮਰਾਠਿਆਂ ਨੂੰ ਵੀ ਠੀਕ ਹੈ ਤਾਂ ਮਰਾਠੇ ਵੀ ਪ੍ਰਿਪੇਅਰ ਹੋਣਾ ਸਟਾਰਟ ਹੋ ਜਾਂਦੇ ਆ ਠੀਕ ਹੈ ਮਰਾਠੇ ਵੀ ਆਪਣੀ ਸੈਨੈਲ ਲੈ ਕੇ ਆਉਂਦੇ ਆ ਇਸ ਟਾਈਮ ਮਰਾਠੇ ਵੀ ਆਪਣੇ ਪੂਰੇ ਪੀਕ ਤੇ ਸੀਗੇ ਬਈ ਠੀਕ ਹੈ ਮਰਾਠੇ ਵੀ ਇਸ ਟਾਈਮ ਆਪਣੇ ਪੂਰੇ ਪੀਕ ਤੇ ਸੀਗੇ ਤਾਂ 1761 ਦੇ ਵਿੱਚ 1761 ਦੇ ਵਿੱਚ ਪਾਣੀਪਤ ਦੇ ਵਿੱਚ ਲੜਾਈ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਪਾਣੀਪਤ ਦੀ ਤੀਜੀ ਲੜਾਈ ਠੀਕ ਹੈ ਇੱਥੇ ਮੈਂ ਡੇਟ ਮੈਂਸ਼ਨ ਨਹੀਂ ਕਰੀ ਇਹ ਤੁਸੀਂ ਕਮੈਂਟ ਕਰੋਗੇ ਠੀਕ ਹੈ ਤਾਂ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਹੈ ਮਰਾਠਿਆਂ ਵੱਲੋਂ ਕੌਣ ਜਿੱਤਦਾ ਹੈ ਮਤਲਬ ਮਰਾਠਿਆਂ ਵੱਲੋਂ ਕੌਣ ਲੜਦਾ ਹੈ ਮਰਾਠਿਆਂ ਵੱਲੋਂ ਕੌਣ ਲੜਦਾ ਹੈ ਬਈ ਸਦਾ 시ਵਰਾਓ ਬਾਉ ਕੌਣ ਲੜਦਾ ਹੈ ਸਦਾ 시ਵਰਾਓ ਬਾਉ ਬਹੁਤ ਲੰਬੀ ਲੜਾਈ ਚੱਲਦੀ ਹੈ ਠੀਕ ਹੈ ਪਰ ਇਸ ਲੜਾਈ ਦੇ ਵਿੱਚ ਮਰਾਠੇ ਹਾਰ ਜਾਂਦੇ ਆ ਅਫਦਾਲੀ ਜਿੱਤ ਜਾਂਦਾ ਹੈ ਇਹ ਮਰਾਠਿਆਂ ਦੀ ਇੱਕ ਮਤਲਬ ਇੱਕ ਮਤਲਬ ਮਰਾਠਿਆਂ ਵਾਸਤੇ ਸੈਟਬੈਕ ਸੀਗਾ ਮਤਲਬ ਇਸ ਤੋਂ ਬਾਅਦ ਮਰਾਠਿਆਂ ਦਾ ਡਾਊਨਫਾਲ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਇਸ ਤੋਂ ਬਾਅਦ ਮਰਾਠਿਆਂ ਦਾ ਕੀ ਹੈ ਡਾਊਨਫਾਲ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਕਦੇ ਉਹ ਕੋਈ ਮੇਜਰ ਵਾਰ ਨਹੀਂ ਹਾਰੇ ਠੀਕ ਹੈ ਤਾਂ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚ ਮਰਾਠੇ ਹਾਰ ਜਾਂਦੇ ਐ ਮਰਾਠਿਆਂ ਦਾ ਡਾਊਨਫਾਲ ਇੱਥੋਂ ਸ਼ੁਰੂ ਹੋ ਜਾਂਦਾ ਹੈ ਤੇ ਵਾਪਸੀ ਦੇ ਵਿੱਚ ਜਦੋਂ ਅਫਗਾਨੀ ਜਾ ਰਿਹਾ ਸੀਗਾ ਤਾਂ ਅਸੀਂ ਇੱਕ ਫਿਰ ਅਚਾਨਕ ਹਮਲਾ ਕਰਦੇ ਆ ਤੇ ਉਹਨਾਂ ਦੇ ਉਹਦੇ ਨਾਲ ਲੁੱਟ ਖਸੁੱਟ ਕਰ ਲੈਂਦੇ ਆ ਜੋ ਵੀ ਉਹ ਖਜ਼ਾਨਾ ਵਗੈਰਾ ਲੁੱਟ ਕੇ ਜਾਂਦਾ ਸੀਗਾ ਤਾਂ ਇਹ ਸੀਗਾ ਵੀ ਅਫਗਾਨੀ ਦਾ ਪੰਜਵਾਂ ਹਮਲਾ ਠੀਕ ਹੈ ਪਾਣੀਪਤ ਦੀ ਤੀਜੀ ਲੜਾਈ ਵੀ ਇਸੇ ਵਿੱਚ ਹੋਈ ਹੈ 1761 ਦੇ ਵਿੱਚ ਇਹ ਸੀਗਾ ਅਫਗਾਨੀ ਦਾ ਪੰਜਵਾਂ ਹਮਲਾ ਇਸ ਤੋਂ ਬਾਅਦ ਬਈ ਜਦੋਂ ਵੀ ਉਹ ਦੇਖੋ ਵਾਪਸ ਜਾਏ ਕਰਦਾ ਸੀ ਤਾਂ ਉਹਦੇ ਨਾਲ ਲੁੱਟ ਖੋਸਟ ਪੱਕਾ ਹੁੰਦੀ ਸੀ ਠੀਕ ਹੈ ਉਹਦੇ ਕੁਝ ਬੰਦੇ ਮਾਰੇ ਜਾਂਦੇ ਸੀਗੇ ਤਾਂ ਹੁਣ ਉਹ ਕੀ ਸੋਚਦਾ ਹੈ ਕਿ ਪਹਿਲਾਂ ਮੈਂ ਸਿੱਖਾਂ ਨੂੰ ਇੱਥੇ ਪੰਜਾਬ ਦੇ ਵਿੱਚ ਕੀ ਕਰਾਂ ਥੋੜਾ ਕੰਟਰੋਲ ਦੇ ਵਿੱਚ ਕਰਾਂ ਹਨਾ ਤਾਂ ਉਹ ਫਿਰ ਛੇਵਾਂ ਹਮਲਾ ਕਰਦਾ ਅਫਗਾਨੀ ਕਿਹੜਾ ਹਮਲਾ ਕਰਦਾ ਹੈ ਬਈ ਛੇਵਾਂ ਹਮਲਾ ਕਰਦਾ ਹੈ 1762 ਦੇ ਵਿੱਚ ਤੇ ਇਸੇ ਦੌਰਾਨ ਹੋਈ ਹੈ ਘਟਨਾ ਵੱਡਾ ਕੱਲੂ ਘਾਰਾ ਜਾਂ ਦੂਜਾ ਕੱਲੂ ਘਾਰਾ ਆਪਾਂ ਇਹਨੂੰ ਬੋਲਦੇ ਹਾਂ ਠੀਕ ਹੈ ਅਬਦਾਲੀ ਨੇ ਮਲੇਰ ਕੋਟਲਾ ਦੇ ਨੇੜੇ ਜਗ੍ਹਾ ਹੈ ਜੀ ਕੁੱਪ ਰੋਹੀੜਾ ਠੀਕ ਹੈ ਕੁੱਪ ਰੋਹੀੜਾ ਮਲੇਰ ਕੋਟਲਾ ਦੇ ਵਿੱਚ ਉੱਥੇ ਅਚਾਨਕ ਹਮਲਾ ਕਰ ਦਿਆ ਤੇ ਬਹੁਤ ਸਾਰੇ ਸਿੱਖ ਉੱਥੇ ਸੀਗੇ ਉੱਥੇ ਲੜਾਈ ਹੁੰਦੀ ਹੈ ਤੇ ਬਹੁਤ ਸਾਰੇ ਸਿੱਖਾਂ ਨੂੰ ਉਹ ਸ਼ਹੀਦ ਕਰ ਦਿੰਦਾ ਮਾਰ ਦਿੰਦਾ ਠੀਕ ਹੈ ਇਸ ਘਟਨਾ ਨੂੰ ਕੀ ਕਿਹਾ ਜਾਂਦਾ ਵੱਡਾ ਕੱਲੂਘਾਰਾ ਕਿਹਾ ਜਾਂਦਾ ਤਾਰੀਖ ਯਾਦ ਰੱਖਣੀ ਹੈ ਜਗ੍ਹਾ ਯਾਦ ਰੱਖਣੀ ਤੇ ਕਿਹਨੇ ਕਰਿਆ ਉਹ ਯਾਦ ਰੱਖਣਾ ਇਸ ਤੋਂ ਪਹਿਲਾਂ ਵੀ ਆਪਾਂ ਛੋਟਾ ਕੱਲੂਘਾਰਾ ਪੜ ਚੁੱਕੇ ਹਾਂ ਠੀਕ ਹੈ ਇਸ ਕੱਲੂਘਾਰੇ ਦੇ ਵਿੱਚ ਉਸ ਤੋਂ ਜ਼ਿਆਦਾ ਬੰਦੇ ਸ਼ਹੀਦ ਹੋਏ ਸੀ ਇਸ ਕਰਕੇ ਇਸ ਨੂੰ ਆਪਾਂ ਵੱਡਾ ਕੱਲੂਘਾਰਾ ਬੋ ਠੀਕ ਹੈ 5 ਫਰਵਰੀ 1762 ਯਾਦ ਰੱਖਣ ਸਿੱਖ ਜੋ ਮਲੇਰਕੋਟਲੇ ਦੇ ਨੇੜੇ ਕੁਪਰ ਰੋਹਿੜਾ ਵਿਖੇ ਇੱਕ ਟੈਂਟ ਵਿੱਚ ਰਹਿ ਰਹੇ ਸਨ ਤਾਂ ਅਫਦਾਲੀ ਵੱਲੋਂ ਕੈਦ ਕਰ ਲਏ ਗਏ ਸੀ ਤੇ ਉਹਦਾ ਕਤਲੇਆਮ ਹੋਇਆ ਮਤਲਬ ਉਹਨਾਂ ਦਾ ਲਗਭਗ 20 ਤੋਂ ਲੈ ਕੇ 50000 ਸਿੱਖ ਔਰਤ ਬੱਚੇ ਸਾਰੇ ਉਹਨੇ ਮਾਰੇ ਠੀਕ ਹੈ ਐਗਜ਼ੈਕਟ ਨੰਬਰ ਤਾਂ ਨਹੀਂ ਹੁੰਦੇ ਇੱਕ ਰਫਾ ਅਕੜਾ ਹੁੰਦਾ ਠੀਕ ਹੈ ਜੋ ਜੋ ਕਿ ਅਲੱਗ-ਅਲੱਗ ਇਤਿਹਾਸਕਾਰਾਂ ਵੱਲੋਂ ਅਲੱਗ-ਅਲੱਗ ਹੀ ਹੁੰਦਾ ਹੈ ਤਾਂ ਨਾ ਹੀ ਤੁਹਾਨੂੰ ਇਹ ਪੁੱਛਿਆ ਜਾਂਦਾ ਕਿ ਕਿੰਨੇ ਬੰਦੇ ਮਾਰੇ ਗਏ ਹਨ ਬਸ ਆਪਾਂ ਨੂੰ ਇਹ ਯਾਦ ਰੱਖਣਾ ਹੁੰਦਾ ਵੱਡਾ ਕੱਲੂਕਾਰਾ ਕਦੋਂ ਹੋਇਆ ਤ ਕਿੰਨੇ ਕਰਿਆ ਬਸ ਠੀਕ ਹੈ ਇਹ 3 ਪੁਆਇੰਟ ਹੁੰਦੇ ਇਹ ਹੋ ਗਏ ਜੀ ਅਬਦਾਲੀ ਦੇ 6 ਹਮਲੇ ਇਸ ਤੋਂ ਇਲਾਵਾ ਦੋ ਹਮਲੇ ਉਹਨੇ ਹੋਰ ਕਰੇ ਇੰਨੇ ਜਿਆਦਾ ਫੇਮਸ ਤਾਂ ਨਹੀਂ ਪਰ ਟੋਟਲ 8 ਹਮਲੇ ਹੋਦੇ ਹੋਏ ਆ 474 ਦੇ ਵਿੱਚ ਉਹਦਾ ਹੋਇਆ 7ਵਾਂ ਹਮਲਾ ਤੇ 1767 ਦੇ ਵਿੱਚ ਉਹਦਾ ਹੋਇਆ 8ਵਾਂ ਹਮਲਾ ਠੀਕ ਹੈ ਤਾਂ ਇਹ ਟੋਟਲ ਕਿੰਨੇ ਹਮਲੇ ਹੋ ਗਏ ਭਈ ਟੋਟਲ ਹੋ ਗਏ 8 ਹਮਲੇ ਯਾਦ ਰੱਖਣਾ ਠੀਕ ਹੈ ਜੋ ਵਿੱਚ ਇਨਫੋਰਮੇਸ਼ਨ ਆਪਾਂ ਨੇ ਪੜੀ ਆ ਉਹ ਵੀ ਸਾਰੀ ਇੰਪੋਰਟੈਂਟ ਹੈ ਅੰਡਰਸਟੈਂਡ ਬਈ ਤਾਂ ਇਹ ਹੋ ਗਏ ਅਬਦਾਲੀ ਦੇ 8 ਹਮਲੇ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਨੇ ਮੀਰ ਮੰਨੂ ਤੇ ਮੀਰ ਮੰਨੂ ਤੋਂ ਬਾਅਦ ਕੋਣਾਈ ਉਹਦੀ ਬੇਗਮ ਆਈ ਮੁਗਲਾਨੀ ਠੀਕ ਹੈ ਮੁਗਲਾਨੀ ਬੇਗਮ ਤੇ ਮੁਗਲਾਨੀ ਬੇਗਮ ਤੋਂ ਬਾਅਦ ਤੈਮੂਰ ਸ਼ਾਹ ਨੂੰ ਨਿਯੁਕਤ ਕਰਿਆ ਤੇ ਜਦੋਂ ਤੈਮੂਰ ਸ਼ਾਹ ਨੂੰ ਨਿਯੁਕਤ ਕਰਿਆ ਤਾਂ ਮਰਾਠਿਆਂ ਨੇ ਉਹਨੂੰ ਤੇ ਦਲ ਖਾਲਸਾ ਨੇ ਇਹਨੂੰ ਭਜਾਤਾ ਠੀਕ ਹੈ ਫਿਰ ਅਬਦਾਲੀ ਦੇ ਫੇਰ ਹਮਲੇ ਹੋਏ ਆ ਤਾਂ ਇਹ ਸਾਰਾ ਕੁਝ ਚੱਲ ਰਿਹਾ ਹੈ ਕਿ ਪੰਜਾਬ ਦਾ ਸੂਬੇਦਾਰ ਕਦੀ ਕੋਈ ਕਦੀ ਕੋਈ ਕਦੀ ਕੋਈ ਇਧਰ ਚੱਲ ਹੀ ਰਿਹਾ ਹੈ ਠੀਕ ਹੈ ਜੀ ਸਿੱਖਾ ਵੱਲੋਂ ਕੀ ਹੋ ਰਿਹਾ ਇਸ ਟਾਈਮ ਸਿੱ ਠੀਕ ਹੈ ਦਲ ਖਾਲਸਾ ਵਾਰੇ ਆਪਾਂ ਪੜ੍ਹਾਂਗੇ 1748 ਦੇ ਵਿੱਚ ਵਿਸਾਖੀ ਵਾਲੇ ਦਿਨ ਸਾਰੇ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੁੰਦੇ ਆਂ ਜੀ ਠੀਕ ਹੈ ਤੇ ਨਵਾਬ ਕਪੂਰ ਸਿੰਘ ਸਲਾਹ ਦਿੰਦਾ ਹੈ ਕਿ ਵੀ ਤੁਸੀਂ ਸਾਰੇ ਆਪਾਂ ਜਿੰਨੇ ਵੀ ਹੈਗੇ ਆਂ ਹਲਾਗਰਗ ਜਥਿਆਂ ਦੇ ਵਿੱਚ ਵੰਡੇ ਹੋਏ ਆਂ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਵੰਡੇ ਹੋਏ ਆਂ ਠੀਕ ਹੈ 65 65 ਗਰੁੱਪ ਸੀਗੇ ਉਸ ਵੇ ਵੀ ਆਪਾਂ ਸਾਰੇ ਇਕੱਠੇ ਹੁੰਦੇ ਆ ਠੀਕ ਹੈ ਆਪਾਂ ਸਾਰੇ ਇਕੱਠੇ ਹੁੰਦੇ ਆ ਇੱਕ ਝੰਡੇ ਦੇ ਹੇਠਾਂ ਤਾਂ ਫਿਰ ਨਵਾਬ ਕਪੂਰ ਸਿੰਘ ਨੇ ਕਹਿਣ ਤੇ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਸੁਪਰ ਇੰਪੋਰਟੈਂਟ ਹੈ ਜੀ ਦਲ ਖਾਲਸਾ ਦੀ ਸਥਾਪਨਾ ਕਿੱਥੇ ਹੋਈ ਹੈ ਕਦੋਂ ਹੋਈ ਹੈ ਕਿਹੜੇ ਦਿਨ ਹੋਈ ਹੈ ਸਾਰਾ ਕੁਝ ਯਾਦ ਰੱਖਣਾ ਠੀਕ ਹੈ ਦਲ ਖਾਲਸਾ ਬਣਨ ਤੋਂ ਬਾਅਦ ਉਹਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ ਕਿਹਨੂੰ ਜੱਸਾ ਸਿੰਘ ਆਲੂਵਾਲੀਆ ਨੂੰ ਕਿਹਨੂੰ ਬਣਾਇਆ ਗਿਆ ਜੀ ਜੱਸਾ ਸਿੰਘ ਆਲੂਵਾਲੀਆ ਨੂੰ ਬਣਾਇਆ ਗਿਆ ਇਹ ਫੋਟੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੱਸਾ ਸਿੰਘ ਆਲੂਵਾਲੀਆ ਨੂੰ ਉਪਾਦੀ ਦੇਈ ਗਈ ਹੈ ਸੁਲਤਾਨ ਉਲ ਕੌਮ ਦੀ ਠੀਕ ਹੈ ਨਾ ਯਾਦ ਰੱਖਣਾ ਸੁਲਤਾਨ ਉਲ ਕੌਮ ਦੀ ਉਪਾਦੀ ਦੇਈ ਗਈ ਹੈ ਤਲ ਖਾਲਸਾ ਤੋਂ ਪਹਿਲਾਂ ਸਿੱਖ 65 ਜਥਿਆਂ ਦੇ ਵਿੱਚ ਵੰਡੇ ਹੋਏ ਸੀ ਹੁਣ ਸਾਰੇ ਜਥਿਆਂ ਨੂੰ ਇਕੱਠਾ ਕਰਤਾ 12 ਜਥਿਆਂ ਦੇ ਵਿੱਚ ਮਤਲਬ 12 ਜਥਿਆਂ ਦੇ ਵਿੱਚ ਇਕੱਠਾ ਕਰਤਾ ਹੁਣ 12 ਜਥੇ ਬਣਾਏ ਗਏ ਆ ਹਰ ਜਥੇ ਨੂੰ ਬੋਲਿਆ ਗਿਆ ਮਿਸਲ ਠੀਕ ਹੈ ਤੇ ਹਰ ਮਿਸਲ ਦਾ ਆਪਣਾ ਇੱਕ ਸਰਦਾਰ ਹੁੰਦਾ ਸੀ ਜਿਹੜਾ ਆਪਣੇ ਆਪ ਦੇ ਵਿੱਚ ਫ੍ਰੀ ਹੈ ਆਪਣੀ ਮਿਸਲ ਇੱਕ ਮਿਸਲ ਆਪਣੇ ਹਿਸਾਬ ਨਾਲ ਕੰਮ ਕਰ ਸਕਦੀ ਠੀਕ ਹੈ ਓਕੇ ਯਾਦ ਰੱਖਣਾ ਹੁਣ ਸਾਰਿਆਂ ਨੂੰ 12 ਜਥਿਆਂ ਦੇ ਵਿੱਚ ਇਕੱਠਾ ਕੀਤਾ ਗਿਆ ਹਰ ਜਥੇ ਨੂੰ ਕੀ ਕਿਹਾ ਗਿਆ ਮਿਸਲ ਕਿਹਾ ਗਿਆ ਠੀਕ ਹੈ ਇਹਨਾਂ 12 ਮਿਸਲਾਂ ਦੇ ਵਿੱਚੋਂ ਦਲ ਖਾਲਸਾ ਦੇ ਵਿੱਚ ਸਿਰਫ 11 ਮਿਸਲਾਂ ਹੀ ਸ਼ਾਮਿਲ ਹੋਈਆਂ ਯਾਦ ਰੱਖਣਾ ਠੀਕ ਹੈ ਪਰ ਦਲ ਖਾਲਸੇ ਵਿੱਚ ਦਲ ਖਾਲਸੇ ਵਿੱਚ ਸਿਰਫ 11 ਮਿਸਲਾਂ ਹੀ ਸ਼ਾਮਿਲ ਸਨ ਇੱਕ ਨੂੰ ਸ਼ਾਮਿਲ ਨਹੀਂ ਕਰਿਆ ਗਿਆ ਕਿਹੜੀ ਫੁਲਕੀਆਂ ਮਿਸਲ ਯਾਦ ਰੱਖਣਾ ਭਾਈ ਕਿਉਂਕਿ ਇਹ ਅਬਦਾਲੀ ਨਾਲ ਮਿਲ ਜਾਂਦੀ ਸੀ ਠੀਕ ਹੈ ਫੁਲਕੀਆਂ ਮਿਸਲ ਵਾਲੇ ਇਹ ਕੀ ਹੈ ਅਬਦਾਲੀ ਨਾਲ ਸਮਝੌਤਾ ਕਰ ਲੈਂਦੇ ਸੀਗੇ ਯਾਦ ਰੱਖਣਾ ਤਾਂ ਦਲ ਖਾਲਸਾ ਦੇ ਵਿੱਚ ਕਿੰਨੀ ਮਿਸਲਾਂ ਸੀਗੀ ਦਲ ਖਾਲਸਾ ਦੇ ਵਿੱਚ 12 ਮਿਸਲਾਂ ਸੀਗੀ ਜਾਂ ਟੋਟਲ ਕਿੰਨੀ ਮਿਸਲ ਸੋਰੀ ਦਲ ਖਾਲਸੇ ਦੇ ਵਿੱਚ 11 ਸੀਗੇ ਟੋਟਲ ਮਿਸਲਾਂ ਕਿੰਨੀ ਸੀਗੀ 12 ਠੀਕ ਹੈ ਟੋਟਲ ਮਿਸਲਾਂ 12 ਦਲ ਖਾਲਸੇ ਦੇ ਵਿੱਚ 11 ਫੁਲਕੀਆਂ ਮਿਸਲ ਅਲੱਗਤ ਸੀਗੀ ਪੜਾਂਗੇ ਅੱਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਹੁਣ ਮਿਸਲਾਂ ਆਪਣੇ ਆਪਣੇ ਆਪ ਦੇ ਵਿੱਚ ਫ੍ਰੀ ਹੋ ਜਾਂਦੀਆਂ ਸਾਰਾਂ ਦੇ ਆਪਣੇ ਆਪਣੇ ਅਲੱਗ ਸਰਦਾਰ ਸੀਗੇ ਤੇ ਅਲੱਗ ਅਲੱਗ ਇਲਾਕਿਆਂ ਦੇ ਉੱਤੇ ਇਹਨਾਂ ਦਾ ਕੰਟਰੋਲ ਸੀਗਾ ਠੀਕ ਹੈ ਆਪਣੇ ਆਪਣੇ ਇਲਾਕੇ ਦੇ ਵਿੱਚ ਇਹ ਆਪ ਆਪਣੇ ਫ੍ਰੀ ਢੰਗ ਨਾਲ ਕੰਮ ਕਰ ਰਹੇ ਸੀ ਠੀਕ ਹੈ ਥੋੜੇ ਹੀ ਸਮੇਂ ਵਿੱਚ ਦੇਖੋ ਥੋੜੇ ਹੀ ਸਮੇਂ ਵਿੱਚ ਦਲ ਖਾਲਸਾ ਨੇ ਪੰਜਾਬ ਦੇ ਵੱਡੇ ਹਿੱਸੇ ਦੇ ਕਬਜ਼ਾ ਕਰ ਲਿਆ 1764 ਦੇ ਵਿੱਚ ਸਰਹੰਦ 1765 ਦੇ ਵਿੱਚ ਲਾਹੌਰ ਤੇ ਕਬਜ਼ਾ ਹੋ ਗਿਆ ਠੀਕ ਹੈ ਜੀ ਹੌਲੀ ਹੌਲੀ ਆਪਣੇ ਕੰਮ ਕਰਦੇ ਰਹਿੰਦੇ ਆ ਬਟ ਜਦੋਂ ਪ੍ਰਧਾਨ ਸੈਨਾਪਤੀ ਹੁੰਦਾ ਜਸਤਾ ਸਿੰਘ ਾਲੂਵਾਲੀਆ ਉਹਨਾਂ ਦੀ ਡੈਥ ਹੋ ਜਾਂਦੀ ਹੈ 1783 ਦੇ ਵਿੱਚ ਸਰਦਾਰ ਜਸਤਾ ਸਿੰਘ ਾਲੂਵਾਲੀਆ ਦੀ ਮੌਤ ਤੋਂ ਬਾਅਦ ਦਲ ਖਾਲਸਾ ਦਾ ਹੌਲੀ ਹੌਲੀ ਕਰਕੇ ਅੰਤ ਹੋ ਗਿਆ ਤੇ ਇਹ ਜਿਹੜੀ ਮਿਸਲਾ ਸੀਗੀ ਇਹ ਹੌਲੀ ਹੌਲੀ ਮਤਲਬ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਹਾਂ ਰਾਜ ਜਿਹੜੇ ਮਿਸਲਾਂ ਦਾ ਸਰਦਾਰ ਹੁੰਦੇ ਸੀਗੇ ਇਹ ਰਾਜਾਂ ਵਾਂਗੂ ਰਹਿਣਾ ਇਹਨਾਂ ਨੇ ਸ਼ੁਰੂ ਕਰਤਾ ਰਾਜਪਾਟ ਤੇ ਆਪਸ ਦੇ ਵਿੱਚ ਲੜਨਾ ਵੀ ਸ਼ੁਰੂ ਕਰਤਾ ਮਿਸਲਾਂ ਨੇ ਠੀਕ ਹੈ ਉਹ ਵੀ ਆਪਾਂ ਅੱਗੇ ਕੱਲ ਦੀ ਕਲਾਸ ਵਿੱਚ ਦੇਖਾਂਗੇ ਹੁਣ ਕੁਝ ਹੋਰ ਪੁਆਇੰਟ ਦੇਖ ਲਓ ਜਿਵੇਂ ਮਿਸਲ ਹੈ ਜਿਹੜਾ ਮਿਸਲ ਸ਼ਬਦ ਇੱਕ ਫਾਰਸੀ ਸ਼ਬਦ ਹੈ ਯਾਦ ਰੱਖਣਾ ਇਹ ਪੁੱਛਿਆ ਜਾਂਦਾ ਮਿਸਲ ਸ਼ਬਦ ਕਿਹੜੀ ਭਾਸ਼ਾ ਦਾ ਹੈ ਜੀ ਫਾਰਸੀ ਭਾਸ਼ਾ ਦਾ ਹੈ ਮਿਸਲ ਸ਼ਬਦ ਦਾ ਮਤਲਬ ਕੀ ਹੁੰਦਾ ਹੈ ਇਹਦਾ ਮਤਲਬ ਹੁੰਦਾ ਹੈ ਜੀ ਇੱਕ ਸਮਾਨ ਜਾਂ ਬਰਾਬਰ ਯਾਨੀ 12 ਮਿਸਲਾਂ ਬਣਾਈ ਗਈਆਂ ਤੇ ਸਾਰੇ ਸਰਦਾਰ ਜਿਹੜੇ ਸੀਗੇ 12 ਦੇ 12 ਮਿਸਲਾਂ ਦੇ ਸਰਦਾਰ ਉਹ ਬਰਾਬਰ ਹੈ ਇੱਕ ਸਮਾਨ ਸਾਰੀ ਮਿਸਲਾਂ ਬਰਾਬਰ ਹੈ ਕੋਈ ਉੱਪਰ ਕੋਈ ਨੀਚੇ ਨਹੀਂ ਹੈਗੀ ਠੀਕ ਹੈ ਇੱਕ ਸਮਾਨ ਕੁੱਲ ਮਿਸਲਾਂ 12 ਦਲ ਖਾਲਸਾ ਦੇ ਵਿੱਚ 11 ਮਿਸਲਾਂ ਫੁਲਕੀਆਂ ਮਿਸਲ ਦਲ ਖਾਲਸਾ ਵਿੱਚ ਸ਼ਾਮਿਲ ਨਹੀਂ ਸੀ ਕਿਉਂਕਿ ਇਹ ਅਬਦਾਲੀ ਨਾਲ ਸਮਝੌਤਾ ਕਰ ਲਿਆ ਸੀ ਠੀਕ ਹੈ ਕਿਉਂ ਕਰਿਆ ਕਿਹੜੇ ਬੰਦੇ ਕੋਈ ਗਵਰਨਰ ਬਣਿਆ ਇਹ ਆਪਾਂ ਅੱਗੇ ਦੀ ਕਲਾਸਾਂ 'ਚ ਦੇਖਾਂਗੇ ਫਿਲਹਾਲ ਇਹ ਨਹੀਂ ਯਾਦ ਰੱਖੋ ਠੀਕ ਹੈ ਮਿਸਲਾਂ ਦੀ ਪ੍ਰਮੁੱਖ ਕੇਂਦਰੀ ਸੰਸਥਾ ਕਿਹੜੀ ਸੀਗੀ ਤਾਂ ਉਹ ਸੀਗਾ ਜੀ ਸਰਬਤ ਖਾਲਸਾ ਠੀਕ ਹੈ ਤੇ ਗੁਰਮਤਾ ਸਰਬਤ ਖਾਲਸਾ ਕੀ ਹੈ ਜਦੋਂ ਸਾਰੇ ਸਿੱਖ ਇਕੱਠੇ ਹੁੰਦੇ ਸੀਗੇ ਉਸ ਨੂੰ ਸਰਬਤ ਖਾਲਸਾ ਕਿਹਾ ਜਾਂਦਾ ਸੀਗਾ ਤੇ ਗੁਰਮਤਾ ਕੀ ਹੈ ਗੁਰਮਤਾ ਤੋਂ ਭਾਵ ਹੈ ਜੀ ਗੁਰੂ ਦਾ ਫੈਸਲਾ ਯਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਠੀਕ ਹੈ ਸਰਬਤ ਖਾਲਸਾ ਯਾਨੀ ਜਦੋਂ ਸਾਰੇ ਸਿੱਖ ਇਕੱਠੇ ਹੋਏ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੋ ਵੀ ਮਤਾ ਪਾਸ ਕਰਿਆ ਜਾਂਦਾ ਉਹ ਸੀਗਾ ਗੁਰਮਤਾ ਠੀਕ ਹੈ ਜੀ ਠੀਕ ਮਿਸਲਾ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀਗਾ ਸਰਦਾਰ ਕਿਹਾ ਜਾਂਦਾ ਸੀਗਾ ਠੀਕ ਹੈ ਸਰਦਾਰ ਤੋਂ ਥੱਲੇ ਫਿਰ ਮਿਸਲਦਾਰ ਇਹ ਉਹ ਕਾਫੀ ਤਰ੍ਹਾਂ ਦੀ ਪੋਸਟਾ ਹੁੰਦੀ ਸੀ ਬਟ ਆਪਾਂ ਨੂੰ ਇੱਥੇ ਤੱਕ ਸੀਮਤ ਰਹਿਣਾ ਹੈ ਹੁਣ ਆਪਾਂ ਇੱਕ ਇੱਕ ਕਰਕੇ ਸਾਰੀ ਮਿਸਲਾਂ ਨੂੰ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਜੀ ਫੁਲਕੀਆਂ ਮਿਸਲ ਫੁਲਕੀਆਂ ਮਿਸਲ ਦਾ ਸੰਸਥਾਪਕ ਚੌਧਰੀ ਫੂਲ ਸਿੰਘ ਠੀਕ ਹੈ ਇਲਾਕੇ ਕਿਹੜੇ ਸੀਗੇ ਇਹਨਾਂ ਕੋਲ ਤਾਂ ਇਲਾਕੇ ਦੇਖੋ ਇਲਾਕੇ ਤੇ ਰਾਜਸਥਾਨੀ ਆ ਇਹ ਚੇਂਜ ਹੁੰਦੇ ਰਹਿੰਦੇ ਸੀਗੇ ਕਈ ਵਾਰ ਮਿਸਲ ਗਰੋਅ ਕਰ ਰਹੀ ਹੈ ਤਾਂ ਇਲਾਕੇ ਉਹ ਕਬਜ਼ਾ ਵੀ ਕਰ ਲੈਂਦੇ ਆ ਠੀਕ ਹੈ ਰਸਤਾ ਨਹੀਂ ਵੀ ਚੇਂਜ ਕਰ ਲੈਂਦੇ ਆ ਠੀਕ ਹੈ ਬਟ ਆਪਾਂ ਇਲਾਕੇ ਉਹੀ ਨਹੀਂ ਉਹੀ ਸਮਝਾਂਗੇ ਜਿਹੜੇ ਇਹਨਾਂ ਦੇ ਮੇਨ ਸੀਗਾ ਕੋਰ ਏਰੀਆ ਜਿੱਥੋਂ ਇਹ ਸ਼ੁਰੂਆਤ ਹੋਈ ਹੈ ਇਹਨਾਂ ਦੀ ਠੀਕ ਹੈ ਨਾ ਤਾਂ ਪਟਿਆਲਾ ਨਾਬਾ ਜੀਂਦ ਇਹ ਇਲਾਕੇ ਇਹਨਾਂ ਦੇ ਮੇਨ ਹੀ ਲੱਗੇ ਸੀਗੇ ਠੀਕ ਹੈ ਪਟਿਆਲੇ ਦਾ ਪ੍ਰਮੁੱਖ ਨੇਤਾ ਕੌਣ ਸੀ ਇਹਨਾਂ ਦਾ ਪਟਿਆਲੇ ਦਾ ਪ੍ਰਮੁੱਖ ਨੇਤਾ ਪਟਿਆਲਾ ਕਿਹਨੇ ਬਸਾਇਆ ਬਾਬਾ ਆਲਾ ਸਿੰਘ ਨੇ ਬਸਾਇਆ ਉਸ ਤੋਂ ਬਾਅਦ ਅਮਰ ਸਿੰਘ ਸਾਹਿਬ ਸਿੰਘ ਪੂਰੀ ਲੰਬੀ ਲਾਈਨ ਇਹਨਾਂ ਦੀ ਹੈਗੀ ਹੈ 90 ਦਾ ਪ੍ਰਮੁੱਖ ਨੇਤਾ ਨਾਬੀ ਦਾ ਪ੍ਰਮੁੱਖ ਨੇਤਾ ਸੀਗਾ ਇਹਨਾਂ ਦੇ ਜੀ ਹਮੀਰ ਸਿੰਘ ਤੇ ਜਸਵੰਤ ਸਿੰਘ ਜੀਂਦ ਦੇ ਪ੍ਰਮੁੱਖ ਨੇਤਾ ਗੱਜਪਤ ਸਿੰਘ ਤੇ ਭਗਤ ਸੀ ਠੀਕ ਹੈ ਤਾਂ ਇਹ ਤਾਂ ਹੋ ਗਈ ਫੁਲਕੀਆਂ ਮਿਸਲ ਉਹ ਝੰਡਾ ਤੁਸੀਂ ਦੇਖ ਸਕਦੇ ਹੋ ਫੁਲਕੀਆਂ ਮਿਸਲ ਦਾ ਸਾਰੀ ਮਿਸਲਾਂ ਦੇ ਸੰਸਥਾਪਕ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਇਹ ਯਾਦ ਰੱਖਿਓ ਇਲਾਕੇ ਬੇਸ਼ੱਕ ਤੁਸੀਂ ਬਾਅਦ ਚ ਕਰ ਲਿਓ ਇਲਾਕੇ ਯਾਦ ਕੋਈ ਚੱਕਰ ਨਹੀਂ ਬਟ ਹਰ ਇੱਕ ਮਿਸਲ ਦਾ ਸੰਸਥਾਪਕ ਤਾਂ ਆਪਾਂ ਨੂੰ ਡੈਫੀਨੇਟਲੀ ਯਾਦ ਹੋਣਾ ਚਾਹੀਦਾ ਠੀਕ ਹੈ ਪੇਪਰ 'ਚ ਡਾਇਰੈਕਟ ਕੁਐਸਚਨ ਆਉਂਦਾ ਹੈ ਨੈਕਸਟ ਹੈ ਜੀ ਅਹਲੂ ਵਾਲੀਆ ਮਿਸਲ ਆਲੂਆਲੀਆ ਮਿਸਲ ਦਾ ਸੰਸਥਾਪਕ ਕੌਣ ਹੈ ਜੱਸਾ ਸਿੰਘ ਆਲੂਆਲੀਆ ਠੀਕ ਹੈ ਲਾਹੌਰ ਦੇ ਨੇੜੇ ਉਹਨਾਂ ਦਾ ਪਿੰਡ ਹੁੰਦਾ ਸੀਗਾ ਜੀ ਆਹੂਲ ਉਸ ਪਿੰਡ ਦੇ ਉਹ ਰਹਿਣ ਵਾਲੇ ਸੀਗੇ ਜਿਸ ਕਰਕੇ ਇਸ ਮਿਸਲ ਦਾ ਨਾਂ ਆਹੂਲਵਾਲੀਆ ਪੈ ਗਿਆ ਠੀਕ ਹੈ ਰਾਸਤਾਨੀ ਇਹ ਬਣਾਉਂਦੇ ਆ ਕਪੂਰਥਲਾ ਤੇ ਕਪੂਰਥਲਾ ਸਟੇਟ ਵੀ ਕਪੂਰਥਲਾ रियासत ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਠੀਕ ਹੈ ਇਲਾਕੇ ਕਪੂਰਥਲਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਸੁਲਤਾਨਪੁਰ ਲੋਧੀ ਇਹ ਸਾਰੇ ਇਲਾਕੇ ਇਹਨਾਂ ਦੇ ਸੀਗੇ ਫਾਤੇ ਵੀ ਹੈ ਘਟਦੇ ਵੀ ਹੈ ਠੀਕ ਹੈ ਅਲੱਗ-ਅਲੱਗ ਟਾਈਮ ਦੇ ਉੱਤੇ ਫੈਦਲਪੁਰੀਆ ਮਿਸਲ ਜਿਸ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਸੀਗਾ ਜੀ ਸੰਸਥਾਪਕ ਨਵਾਬ ਕਪੂਰ ਸਿੰਘ ਠੀਕ ਹੈ ਇਲਾਕੇ ਜਲੰਧਰ ਲੁਧਿਆਣਾ ਪੱਟੀ ਨੂਰਪੁਰ ਇਹ ਸਾਰੇ ਇਲਾਕੇ ਸੀਗੇ ਰਸਤਾ ਨਹੀਂ ਜਲੰਧਰ ਰਹੀ ਹੈ ਥੋੜੇ ਟਾਈਮ ਨਵਾਬ ਕਪੂਰ ਸਿੰਘ ਤੋਂ ਬਾਅਦ ਖੁਸਾਲ ਸਿੰਘ ਬੁੱਧ ਸਿੰਘ ਇਹ ਪ੍ਰਮੁੱਖ ਲੀਡਰ ਇਹਨਾਂ ਦੇ ਬਣਦੇ ਆ ਠੀਕ ਹੈ ਫਿਰ ਹੈ ਜੀ ਪੰਗੀ ਮਿਸਲ ਤਾਂ ਪੰਗੀ ਮਿਸਲ ਦਾ ਸੰਸਥਾਪਕ ਜੇ ਤੁਹਾਨੂੰ ਛੱਜਾ ਸਿੰਘ ਮਿਲਦਾ ਤਾਂ ਛੱਜਾ ਸਿੰਘ ਹੈ ਨਹੀਂ ਤਾਂ ਜਿਹੜਾ ਮੇਨ ਸੰਸਥਾਪਕ ਹੈ ਜਿਹਦੇ ਕਰਕੇ ਫੇਮਸ ਹੋਈ ਹੈ ਉਹ ਹੈਗਾ ਜੀ ਹਰੀ ਸਿੰਘ ਕੋਣ ਹੈ ਹਰੀ ਸਿੰਘ ਵੈਸੇ ਆਪਣੇ ਕੋਲ ਕੁਐਸਚਨ ਹਰੀ ਸਿੰਘ ਦੇ ਉੱਤੇ ਆਉਂਦਾ ਹੈ ਠੀਕ ਹੈ ਬਟ ਬਾਈ ਚਾਂਸ ਜੇ ਛੱਜਾ ਸਿੰਘ ਬਾਰੇ ਤੁਹਾਨੂੰ کہیں ਕਿਤੇ ਇਹ ਲਿਖਿਆ ਮਿਲੇ ਕਿ ਹਾਂ ਇਹ ਜਿਹੜੀ ਮਿਸ਼ਲ ਹੈ ਪੰਗੀ ਮਿਸ਼ਲੇ ਛੱਜਾ ਸਿੰਘ ਅਸਲੀ ਸੰਸਥਾਪਕ ਹੈ ਜਿਸ ਮਤਲਬ ਛੱਜਾ ਸਿੰਘ ਹੈ ਜਿਹੜਾ ਉਹ ਸੰਸਥਾਪਕ ਹੈ ਉੱਥੋਂ ਸ਼ੁਰੂ ਹੋਈਏ ਤਾਂ ਉਹ ਵੀ ਸਹੀ ਹੈ ਗੱਲ ਠੀਕ ਹੈ ਬਟ ਆਪਸ਼ਨ ਚ ਨਹੀਂ ਮਿਲਦਾ ਹੈ ਆਪਸ਼ਨ ਚ ਆਪਾਂ ਨੂੰ ਹਰੀ ਸਿੰਘ ਹੀ ਮਿਲਦਾ ਹੈ ਜ਼ਿਆਦਾਤਰ ਠੀਕ ਹੈ ਰਾਸਤਾਨੀ ਅੰਮ੍ਰਿਤਸਰ ਇਲਾਕੇ ਇਹਨਾਂ ਦੇ ਅੰਮ੍ਰਿਤਸਰ ਲਾਹੌਰ ਸਿਆਲਕੋਟ ਗੁਜਰਾਤ ਉਹ ਅਲੇ ਸਾਰੇ ਏਰੀਆ ਸੀਗੇ ਇਨਾਂ ਤੋਂ ਇਲਾਵਾ ਬਾਕੀ ਦੇ ਪ੍ਰਸਿੱਧ ਨੇਤਾ ਝੰਡਾ ਸਿੰਘ ਤੇ ਗੰਡਾ ਸਿੰਘ ਠੀਕ ਹੈ ਪੰਗੀ ਕਿਉਂ ਬੋਲਦੇ ਇਹਨਾਂ ਨੂੰ ਕਿਹਾ ਜਾਂਦਾ ਵੀ ਇਹਨਾਂ ਦੇ ਲੀਡਰ ਜਿਹੜੇ ਸੀਗੇ ਜੋ ਵੀ ਬਹੁਤ ਜ਼ਿਆਦਾ ਭੰਗ ਪਿੰਦੇ ਸੀ ਇਸ ਕਰਕੇ ਇਸ ਮਿਸਲ ਦਾ ਨਾਮ ਪੰਗੀ ਮਿਸਲ ਪੈ ਗਿਆ ਠੀਕ ਹੈ ਉਸ ਤੋਂ ਬਾਅਦ ਹੈ ਜੀ ਰਾਮਗੜੀਆ ਮਿਸ਼ਨ ਕਿਹੜੀ ਹੈ ਰਾਮਗੜੀਆ ਮਿਸਲ ਜਿਸ ਨੂੰ ਆਨੰਦ ਸਿੰਘ ਦਾ ਜੱਥਾ ਵੀ ਕਿਹਾ ਜਾਂਦਾ ਸੀਗਾ ਸੰਸਥਾਪਕ ਤਾਂ ਸੰਸਥਾਪਕ ਖੁਸ਼ਾਲ ਸਿੰਘ ਤੇ ਆਨੰਦ ਸੀ ਜਿਆਦਾਤਰ ਆਪਣੇ ਕੋਲ ਆਪਸ਼ਨ ਜਿਹੜਾ ਆਂਦਾ ਉਹ ਹੁੰਦਾ ਅਸਲੀ ਸੰਸਥਾਪਕ ਇਹ ਸੀਗਾ ਜੱਸਾ ਸਿੰਘ ਰਾਮਗੜੀਆ ਠੀਕ ਹੈ ਜਿਨ੍ਹਾਂ ਤੋਂ ਫੇਮਸ ਹੁੰਦੀ ਹੈ ਜਿਨ੍ਹਾਂ ਤੋਂ ਸਟਾਰਟ ਹੁੰਦੀ ਹੈ ਇੱਕ ਤਰ੍ਹਾਂ ਨਾਲ ਠੀਕ ਹੈ ਹਾਂ ਉਹ ਸੰਸਥਾਪਕ ਰਹੇ ਹੈ ਬਟ ਜਿਨ੍ਹਾਂ ਨੇ ਫੇਮਸ ਕਰੀ ਹੈ ਜਿਨ੍ਹਾਂ ਨੇ ਪ੍ਰਚਾਰ ਕਰਿਆ ਜਿਨ੍ਹਾਂ ਨੇ ਮਤਲਬ ਪ੍ਰਸਿੱਧ ਕਰੀਆ ਉਹ ਸੀਗੇ ਜਸਤਾ ਸਿੰਘ ਰਾਮਗੜੀਆ ਤੇ ਆਪਣੇ ਕੋਲ ਕੁਐਸਚਨ ਵੀ ਜਸਤਾ ਸਿੰਘ ਰਾਮਗੜੀਆ ਦੇ ਉੱਤੇ ਹੀ ਆਂਦਾ ਹੈ ਇਲਾਕੇ ਦਿਪਾਲਪੁਰ ਕਲਾਨੌਰ ਬਟਾਲਾ ਟਾਂਡਾ ਉੜਮੁੜ ਇਹ ਸਾਰੇ ਇਲਾਕੇ ਸੀਗੇ ਜੀ ਠੀਕ ਹੈ ਗੁਰਦਾਸਪੁਰ ਜ਼ਿਲ੍ਹੇ ਤੇ ਗੁਰਦਾਸਪੁਰ ਤੋਂ ਅੱਗੇ ਵਾਲੇ ਰਾਜस्तानी ਸ਼੍ਰੀ ਹਰਗੋਬਿੰਦਪੁਰ ਨੂੰ ਬਣਾਉਂਦੇ ਆਂ ਬਾਕੀ ਦੇ ਪ੍ਰਸਿੱਧ ਨੇਤਾ ਜੋਤ ਸਿੰਘ ਨੈਕਸਟ ਬਹੁਤ ਇੰਪੋਰਟੈਂਟ ਹੈ ਸ਼ੁਕਰਚੱਕੀਆ ਮਿਸਲ ਸੰਸਥਾਪਕ ਚੜਤ ਸਿੰਘ ਤੇ ਬੁੱਧ ਸਿੰਘ ਰਾਸਤਾਨੀ ਪਾਕਿਸਤਾਨ ਦੇ ਵਿੱਚ ਜਗ੍ਹਾ ਹੈਗੀ ਹੈ ਜੀ ਗੁਜਰਾਵਾਲਾ ਇਲਾਕੇ ਐਮਨਾਬਾਦ ਗੁਜਰਾਵਾਲਾ ਸਿਆਲਕੋਟ ਤੇ ਹੌਲੀ-ਹੌਲੀ ਜਦ ਗ੍ਰੋਅ ਕਰਦੇ ਹੈ ਤੇ ਪੂਰਾ ਪੰਜਾਬੀ ਨਾਲ ਕੋਲ ਆ ਜਾਂਦਾ ਹੈ ਕਿਉਂਕਿ ਇਸ ਮਿਸਲ ਦੇ ਵਿੱਚ ਸੀਗੇ ਜੀ ਮਹਾ ਸਿੰਘ ਤੇ ਮਹਾ ਸਿੰਘ ਤੋਂ ਬਾਅਦ ਮਹਾਰਾਜਾ ਰਣਜੀਤ ਠੀਕ ਹੈ ਇਹ ਕੁਐਸਚਨ ਡਾਇਰੈਕਟ ਆਉਂਦਾ ਪੇਪਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਹੜੀ ਮਿਸਲ ਨਾਲ ਹੈ ਸ਼ੁਕਰਚੱਕੀਆ ਮਿਸਲ ਦੇ ਨਾਲ ਉਸ ਤੋਂ ਬਾਅਦ ਜੀ ਕਨਈਆ ਮਿਸਲ ਠੀਕ ਹੈ ਕਨਈਆ ਮਿਸਲ ਦਾ ਸੰਸਥਾਪਕ ਜੈ ਸਿੰਘ ਠੀਕ ਹੈ ਜੈ ਸਿੰਘ ਸੀਗਾ ਜੀ ਕਾਨਾ ਪਿੰਡ ਦਾ ਇਸ ਕਰਕੇ ਇਸ ਮਿਸਲ ਦਾ ਨਾਮ ਪਿਆ ਕਨਈਆ ਮਿਸਲ ਜਾਂ ਕਨਈਆ ਮਿਸਲ ਠੀਕ ਹੈ ਇਲਾਕੇ ਮੁਕੇਰੀਆਂ ਗੁਰਦਾਸਪੁਰ ਤੇ ਪਠਾਨਕੋਟ ਦੇ ਕੋਸ਼ੀ ਇਲਾਕੇ ਸੀਗੇ ਰਾਜਸਤਾਨੀ ਜੀ ਗੁਰਦਾਸਪੁਰ ਦੇ ਵਿੱਚ ਜਗ੍ਹਾ ਸੋਹੀਆਂ ਉਹ ਬਣਾਈ ਸੀਗੀ ਤੇ ਜੈ ਸਿੰਘ ਦੀ ਮੌਤ ਤੋਂ ਬਾਅਦ ਸਦਾਕੌਰ ਇਸ ਮਿਸਲ ਦੀ ਨੇਤਾ ਬਣਦੀ ਹੈ ਸਦਾਕੌਰ ਕੌਣ ਸੀਗੀ ਸਦਾਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਠੀਕ ਹੈ ਯਾਦ ਰੱਖਣਾ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀਗੀ ਸਦਾਕੌਰ ਚਲੋ ਨੈਕਸਟ ਆਉ ਡੱਲੇ ਵਾਲੀਆ ਮਿਸਲ ਤਾਂ ਡੱਲੇ ਵਾਲੀਆ ਮਿਸਲ ਦਾ ਸੰਸਥਾਪਕ ਹੈ ਗੁਲਾਬ ਸਿੰਘ ਰਾਠੋੜ ਇਲਾਕੇ ਫਲੋਰ ਰਾਹੋ ਨਕੋਦਰ ਬੱਦੋਵਾਲ ਇਹ ਮਤਲਬ ਜਲੰਧਰ ਵਾਲੇ ਏਰੀਆ ਆ ਗਿਆ ਸਾਰਾ ਠੀਕ ਹੈ ਰਾਜਸਤਾਨੀ ਕਿਹੜੀ ਸੀਗੀ ਰਾਹੋ ਬਾਕੀ ਦੇ ਪ੍ਰਸਿੱਧ ਨੇਤਾ ਤਾਰਾ ਸਿੰਘ ਕਬੇਆ ਠੀਕ ਹੈ ਓਕੇ ਉਸ ਤੋਂ ਬਾਅਦ ਹੈ ਜੀ ਨਕਈ ਮਿਸਲ ਉਸ ਤੋਂ ਬਾਅਦ ਕਿਹੜੀ ਹੈ ਨਕਈ ਮਿਸਲ ਸੰਸਥਾਪਕ ਕੌਣ ਹੈ ਨਕਈ ਮਿਸਲ ਦਾ ਹੀਰਾ ਸਿੰਘ ਇਲਾਕੇ ਇਹਨਾਂ ਕੋਲ ਕਸੂਰ ਨੱਕਾ ਚੁੰਨੀਆ ਇਹ ਸਾਰੇ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਰਾਸਤਾਨੀ ਚੁੰਨੀਆ ਬਾਕੀ ਦੇ ਪ੍ਰਸਿੱਧ ਨੇ ਤਾਂ ਕਰਨ ਸਿੰਘ ਤੇ ਰਣਾ ਸਿੰਘ ਸੰਸਥਾਪਕ ਹੀ ਯਾਦ ਕਰਨੇ ਆਪਾਂ ਨੇ ਪਹਿਲਾਂ ਬਾਕੀ ਗੱਲਾਂ ਬਾਅਦ ਚ ਠੀਕ ਹੈ ਉਸ ਤੋਂ ਬਾਅਦ ਜੀ ਨਿਸ਼ਾਨ ਵਾਲੀਆਂ ਮਿਸਲ ਨਿਸ਼ਾਨ ਵਾਲੀਆਂ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਇਹ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਸੀਗੇ ਆਪਣੇ ਨਾਲ ਠੀਕ ਹੈ ਸੰਸਥਾਪਕ ਦਸੌਂਦਾ ਸਿੰਘ ਤੇ ਸੰਗਤ ਸਿੰਘ ਠੀਕ ਹੈ ਇਲਾਕੇ ਇਲਾਕੇ ਇਹਨਾਂ ਕੋਲ ਅੰਬਾਲਾ ਸਾਹਾਬਾਦ ਦੁਰਾਹਾ ਠੀਕ ਹੈ ਇਹ ਸਾਰੇ ਇਲਾਕੇ ਸੀਗੇ ਰਾਸਤਾਨੀ ਸਿੰਘ ਵਾਲਾ ਬਾਕੀ ਦੇ ਪ੍ਰਸਿੱਧ ਨੇਤਾ 모ਹਨ ਸਿੰਘ ਬਸ ਆਪਾਂ ਨੇ ਕੀ ਯਾਦ ਰੱਖਣਾ ਹੈ ਸੰਸਥਾਪਕ ਫਿਰ ਆਂਦੀ ਹੈ ਜੀ ਬਹੁਤ ਇੰਪੋਰਟੈਂਟ ਹੈ ਸ਼ਹੀਦਾ ਮਿਸਲ ਇਹਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਸੀਗਾ ਕਿਉਂਕਿ ਸਾਰੇ ਦੇ ਸਾਰੇ ਕੌਣ ਹੁੰਦੇ ਸੀ ਜੱਦ ਤੱਕ ਮਤਲਬ ਤੁਸੀਂ ਸਮਝੋ ਕਿ ਸਾਰੇ ਦੇ ਸਾਰੇ ਨਿਹੰਗ ਹੀ ਹੁੰਦੇ ਸੀਗੇ ਠੀਕ ਹੈ ਸੰਸਥਾਪਕ ਬਾਬਾ ਦੀਪ ਸਿੰਘ ਜੀ ਇਹ ਬਾਬਾ ਦੀਪ ਸਿੰਘ ਜੀ ਹੈਗੇ ਆ ਠੀਕ ਹੈ ਇਲਾਕੇ ਸਜਾਦਪੁਰ ਸਹਾਰਣਪੁਰ ਤੱਕ ਇਲਾਕੇ ਇਹਨਾਂ ਦੇ ਫੈਲੇ ਸੀਗੇ ਰਾਸਤਾਨੀ ਸਜਾਦਪੁਰ ਠੀਕ ਹੈ ਬਾਕੀ ਦੇ ਪ੍ਰਸਿੱਧ ਨੇਤਾ ਦੇਖੋ ਬਾਬਾ ਦੀਪ ਸਿੰਘ ਤੋਂ ਇਲਾਵਾ ਕਰਮ ਸਿੰਘ ਗੁਰਬਖਸ਼ ਸਿੰਘ ਤੇ ਫੁੱਲਾ ਸਿੰਘ ਠੀਕ ਹੈ ਇਹ ਯਾਦ ਰੱਖਣੇ ਇਸ ਮਿਸਲ ਵਿੱਚ ਨਿਹੰਗ ਹੋਣ ਕਰਕੇ ਇਸ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਸੀ ਇਹ ਯਾਦ ਰੱਖਣੇ ਜਿਹੜੀ ਮਿਸਲ ਨੂੰ ਕਿਸੇ ਹੋਰ ਨਾਂ ਤੋਂ ਵੀ ਜਾਣਿਆ ਜਾਂਦਾ ਸੀ ਤਾਂ ਉਹ ਵੀ ਯਾਦ ਰੱਖਣਾ ਹੈ ਆਪਣੇ ਕਰੋੜ ਸਿੰਘੀਆ ਮਿਸਲ ਬਈ ਕਰੋੜ ਸਿੰਘੀਆ ਮਿਸਲ ਸਥਾਪਕ ਹੋਣੇ ਕਰੋੜ ਸਿੰਘ ਠੀਕ ਹੈ ਇਸ ਕਰਕੇ ਕਰੋੜ ਸਿੰਘ ਹੀ ਆ ਹੋਗੀ ਇਹ ਕਿੱਥੋਂ ਦਾ ਰਹਿਣ ਵਾਲਾ ਸੀਗਾ ਇਹ ਪੰਜਗੜੀਆਂ ਪਿੰਡ ਦਾ ਰਹਿਣ ਵਾਲਾ ਸੀ ਇਸ ਕਰਕੇ ਇਹ ਸਮਿਸ਼ਨ ਨੂੰ ਪੰਜਗੜੀਆਂ ਮਿਸਲ ਵੀ ਕਿਹਾ ਜਾਂਦਾ ਹੈ ਤਾਂ ਇਹ ਵੀ ਇੰਪੋਰਟੈਂਟ ਹੈ ਠੀਕ ਹੈ ਇਲਾਕੇ ਇਲਾਕੇ ਨਵਾਂ ਸ਼ਹਿਰ ਬੰਗਾ ਜਮਨानगर ਤੱਕ ਫੈਲੇ ਹੋਏ ਸੀ ਰਾਸਤਾਨੀ ਸੀਗੀ ਛਚਰੋਲੀ ਇਹ ਵੀ ਜਮਨानगर ਦੇ ਵਿੱਚ ਹੈ ਛਚਰੋਲੀ ਜਮਨानगर ਵਾਲਾ ਏਰੀਆ ਇਹਨਾਂ ਦਾ ਸੀਗਾ ਠੀਕ ਹੈ ਬਾਕੀ ਦੇ ਪ੍ਰਸਿੱਧ ਨੇਤਾ ਬਗੇਲ ਸਿੰਘ ਤੇ ਜੋਧ ਸੀ ਓਕੇ ਠੀਕ ਹੈ ਜੀ ਇਹ ਸਾਰੀ ਸਾਰੀ ਮਿਸਲਾਂ ਆਪਾਂ ਨੇ ਡਿਸਕਸ ਕਰ ਲਈਆਂ ਹੁਣ ਆਪਾਂ ਨੇ ਕੀ ਕੀ ਡਿਸਕਸ ਕਰਿਆ ਦੇਖੋ ਮਿਸਲਾਂ ਪੜ ਲਈਆਂ ਅਬਦਾਲੀ ਦੇ ਹਮਲੇ ਦਲ ਖਾਲਸਾ ਇਹ ਸਾਰਾ ਆਪਣਾ ਹੋ ਗਿਆ ਹੁਣ ਹੁੰਦਾ ਕੀ ਹੈ ਪੰਜਾਬ ਦੇ ਵਿੱਚ ਇਹ ਮਿਸਲਾਂ ਪਹਿਲਾਂ ਤਾਂ ਸਹੀ ਚੱਲਦੀਆਂ ਜੀ ਬਿਲਕੁਲ ਮਤਲਬ ਤੁਸੀਂ ਕਹਿ ਸਕਦੇ ਹੋ ਰੀਜਨ ਦੇ ਹਿਸਾਬ ਨਾਲ ਹਨ ਬਟ ਹੌਲੀ ਹੌਲੀ ਜਦੋਂ ਥੋੜਾ ਲੰਮਾ ਟਾਈਮ ਹੋ ਜਾਂਦਾ ਹੈ ਮਿਸਲਾਂ ਨੂੰ ਚੱਲਦਿਆਂ ਨੂੰ ਤਾਂ ਇਹ ਮਿਸਲਾਂ ਆਪਸ ਦੇ ਵਿੱਚ ਵੀ ਲੜਨਾ ਸ਼ੁਰੂ ਕਰਦੀਆਂ ਠੀਕ ਹੈ ਇਹ ਮਿਸਲਾਂ ਆਪਸ ਦੇ ਵਿੱਚ ਵੀ ਲੜਨਾ ਸ਼ੁਰੂ ਕਰ ਦਿੰਦੀਆਂ ਤੇ ਇਹ ਮਤਲਬ ਜਿਵੇਂ ਰਾਜੇ ਮਹਾਰਾਜਾ ਦਾ ਸਮਰਾਜ ਹੁੰਦਾ ਇਹ ਉਸਾਬ ਨਾਲ ਗਰੋ ਕਰਨਾ ਸਟਾਰਟ ਕਰ ਦਿੰਦੀਆਂ ਜਿਹੜੇ ਇਹਨਾਂ ਦੇ ਨੇਤਾ ਸੀਗੇ ਉਹ ਰਾਜੇ ਮਹਾਰਾਜਾ ਵਾਂਗੂ ਰਹਿਣਾ ਵੀ ਸ਼ੁਰੂ ਕਰ ਦਿੰਦੇ ਠੀਕ ਹੈ ਬਸ ਉਹੀ ਆਪਾਂ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ ਤੇ ਇਹਨਾਂ ਸਾਰੀ ਮਿਸਲਾਂ ਨੂੰ ਫਿਰ ਕੰਟਰੋਲ ਦੇ ਵਿੱਚ ਕੌਣ ਕਰ ਲੈਂਦਾ ਇਹਨਾਂ ਸਾਰੀ ਮਿਸਲਾਂ ਨੂੰ ਕੰਟਰੋਲ ਦੇ ਵਿੱਚ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਤੇ ਫਿਰ ਉੱਥੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੁੰਦਾ ਆਪਾਂ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ ਮਹਾਰਾਜਾ ਰਣਜੀਤ ਸਿੰਘ ਬਾਰੇ ਠੀਕ ਹੈ ਬਾਕੀ ਚੈਨਲ ਨੂੰ ਇਹ ਵੀਡੀਓਜ਼ ਨੂੰ ਆਪਣੇ ਕਲਾਸਾਂ ਨੂੰ ਆਪਣੇ ਜਿਹੜੇ ਯਾਰ ਮਿੱਤਰ ਬੈਲੀ ਹੈਗੇ ਜਾਂ ਤਿਆਰੀ ਕਰ ਰਹੇ ਆ ਉਹਨਾਂ ਤੱਕ ਪਹੁੰਚਾਣਾ ਇਹ ਤੁਹਾਡੀ ਰਿਸਪੌਂਸਿਬਿਲਟੀ ਓਕੇ ਥੈਂਕ ਯੂ